ਦਾ ਜ਼ੁਲਮ ਦੀ ਹੱਦ ਹੋ ਗਈ ਚੌਧਰੀ। ਅੱਜ ਸਾਡੇ ਪਿੰਡ ਚ ਚੌਥਾ ਡਾਕਾ ਹੈ, ਹੁਣ ਤੇ ਸਾਨੂੰ ਸਾਰੇ ਪਿੰਡ ਵਾਲਿਆਂ ਨੂੰ ਡੁੱਬ ਕੇ ਮਾਰ ਜਾਣਾ ਚਾਹੀਦਾ। ਉਹ ਚੌਧਰੀ ਜ਼ਿਮੀਦਾਰ ਦੇ ਵੀ ਕਤਲ ਹੋ ਗਏ ਨੀ? ਹੈ, ਜ਼ਿਮੀਦਾਰ ਦੇ ਵੀ ਕਤਲ ਹੋ ਗਏ ਨੇ? ਹੋਇਆ ਕਿਹੜਾ ਸੂਰਮਹਿਲ ਜਿਹੜਾ ਰਾਤੀ ਡਾਕੇ ਮਾਰਦਾ ਹੈ? ਇਹ ਤਾਂ ਮੈਂ ਸਤੀਏ ਪਾਣੀ ਪੀਣ ਉੱਠਿਆ ਸਾਂ। ਤੂੰ ਮੈਨੂੰ ਕਿਉਂ ਨਹੀਂ ਦੱਸਿਆ ਚਾਚਾ, ਜੇ ਕਿਧਰੇ ਸੱਟ-ਵੱਟ ਲੱਗ ਜਾਂਦੀ ਤੇ ਫੇਰ? ਬੁੱਢੇ ਹੱਟ ਪੁਰਾਣੀਆਂ ਸੱਟਾਂ ਨਾਲ ਚੌਖੇ ਪੱਕੇ ਹੋ ਗਏ ਨੇ, ਨਵੀਆਂ ਸੱਟਾਂ ਇਹਨਾਂ ਦਾ ਕੁਝ ਨਹੀਂ ਵਿਗਾੜ ਸਕਦੀਆਂ। ਤੂੰ ਸੌ ਜਾ ਸੀਏ, ਸਵੇਰੇ ਫਿਰ ਹੀ ਅੱਖਾਂ ਲੈ ਕੇ ਸਟੇਸ਼ਨ ਤੇ ਜਾਣਾ ਹੋਵੇਗਾ। ਸੂਰੀ ਦੀ ਲਾਲੀ ਰੋਜ਼ ਚੜ੍ਹਦੀ ਢਲਦੀ ਏ ਤੇ ਸਾਡੀ ਲਾਲੀ ਦਿਨ ਦਿਨ ਲਿਖਰਦੀ ਪਈ। ਮਲੀਆਂ ਹੀ ਰਾਵਾਂ ਕਾਣ ਛੱਡਦਾ ਈ ਤੇ ਉਹ ਵੀ ਸ਼ਮਾ ਤੇ ਮੈਨੂੰ ਪਿੰਡ ਦੀ ਸਾਲ ਮੁਟਿਆਰ ਨਾ ਸਮਝੀ।
मेहनती हाथ ने जे पुठे दी चंड पै गई ते बीड़ी हिला दांगी मता हिलियो में किसी और दा आ जोगी सपनी दी शुकर तो नहीं डरदे लाली शम्मा चाहे तो तेन पलां च कील के रख दे पर मैनू उस घड़ी दी उड़ी के जो तू आपे ही मस्त हो गए मेरी झोली च आ डिगेगी घड़ी तेरी मौत तो बाद भी नहीं आएगी शम्मिया चल मेरी राह बड़ी आकड़े बई तू सुनिया नहीं चल मोदी जनाब ताड़ा पाड़ा डबल बैठो मोतियां लियो मैं जरा घोड़े तो अख बचा के बहना वेखना कि पसर ना जाए आ चलो हला हला मिया जी एक सवारी अगे आ जाए मेरा यका लार हो गया जरा ओ सवार नहीं मिया जी है जरा सवारी अगे आ जाए मैं यका वतर करना दाबू नहीं करना तू बड़ी परेड कराउन ले आ भाई काकी अगे बह जा मैं क्या लाली जे कवे ते अपनी सवारियां दे दियां बच्चा बड़ा सवारियां देण आई फुकरा जहान दा ओ चंगा इस तरह ते इस तरह सी लाली तेरे जिया तिया रब कुल जहान नू देवे लाली लोगों ने पुत्र भी इन्हें हिम्मत नहीं होंगे अपने भरा निके नू वेख लै जे ओ चंगा होंदा दो रुपये आए नी मैं गिलास च रखा जा जाके कढ ले निका लै गई चाचा है? निका लै गया मैं ओदी घरों देर दवांगी
ਕਰਨਾਈਆਂ ਕਰਵਾ ਲੈਣੀਆਂ ਚੋਲਾ ਚੱਲ ਇਧਰ ਚੱਲ ਜਾ ਮਾਮਾ 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 ਓਏ ਓਏ ਛੱਡ ਦੋ ਓਏ ਮਾਮਾ ਪਹਿਲੇ ਵੀ ਲੈ ਗਈ ਹਾਏ ਓਏ ਓਏ ਓ ਸ਼ਤਾਨਾ ਇਹ ਦੂਜੀ ਵਾਰੀ ਲਾਈ ਆ ਤੂੰ ਓਏ ਪੁੱਤਰ ਕਰ ਲਿਆ ਆ ਮਾਮਾ ਛੇਤੀ ਨਾਲ ਤੂੰ ਦੇਖ ਕਾਨੂੰਨ ਦੇ ਵਿੱਚ ਦਫਾ 4 ਦੀ ਕੀ ਸਜ਼ਾ ਓਏ ਓਏ ਇਹਨਾਂ ਦੀ ਆਦਤ ਸੀ ਓਏ ਸਿੱਧਾ ਕਰ ਸਿੱਧਾ ਕਰ ਕਰ ਲਖਾਂ ਓ ਮਾਮਾ ਜੀ ਦਫਾ ਕਾਨੂੰਨ ਦੀ 4 ਸਜ਼ਾ ਇਹ ਹੈਗੀ ਜੇ ਕਿ ਖੁਰਤੇ ਦਾ ਮੂੰਹ ਕਾਲਾ ਕਰਕੇ ਨਾ ਤੇ ਮੁੰਡਿਆਂ ਨੂੰ ਉੱਤੇ ਚੜਾ ਦਿਓ ਤੇ ਮੋਰ ਖੁਰਤੇ ਨੂੰ ਸ਼ੀਸ਼ਾ ਵਹਾਓ ਠੀਕ ਹੈ ਫੜੋ ਨਾ ਓਏ ਮਾਮਾ ਨਿਆਣੇ ਤਾਂ ਗਾਇਬ ਹੀ ਹੋ ਗਏ ਨੇ ਮੁਜਰਮ ਫਰਾਰ ਹੋ ਗਏ ਇਸ ਤਰ੍ਹਾਂ ਘਰ ਸਜ਼ਾ ਇਹਨਾਂ ਦੇ ਘਰ ਘੱਲ ਦੇ ਤੇ ਤੂੰ ਇਹ ਕਾਨੂੰਨ ਛੇਤੀ ਨਾਲ ਸਿਰ ਤੇ ਚੁੱਕ ਤੇ ਅਦਾਲਤ ਇਕੱਠੇ ਮਾਰੋ ਇਕੱਠੇ ਮਾਰ ਛੇਤੀ ਕਰ ਬੜੇ ਮੁਕੱਦਮੇ ਉਡੀਕ ਦੇਵੋਗੇ ਸਾਨੂੰ ਮਾਮਾ ਮੈਂ ਤੈਨੂੰ ਤੜਕੇ ਦਾ ਪਿਆਰ ਲੱਭਣਾ ਕਿਉਂ ਮਾਮੇ ਨੂੰ ਤੜਕਾ ਲਾਉਣਾ ਸੀ ਤੜਕਾ ਖੈਰੇ ਖੈਰੇ ਕੀ ਗੱਲ ਕੀ ਖੈਰ ਹੁੰਦੀ ਤੇ ਤੇਰੇ ਕੋ ਚੁੱਪ ਪੁੱਤਰ ਕਰ ਲਿਆ ਜੀ ਮਾਮਾ ਇਹਨੂੰ ਕਿਸੇ ਚੰਗੀ ਜੀ ਵਰਕਸ਼ਾਪ 'ਚ ਲੈ ਜਾ ਇਹਦਾ ਜ਼ਰਾ ਮੋਬਾਈਲ ਰੁਕਦਾ ਥੋੜ੍ਹਾ ਜਿਹਾ ਮਾਮਾ ਨਹੀਂ ਖੈਰੇ ਹੋਣਾਂ ਨੇ ਮੇਰਾ ਪਾਣੀ ਵੱਢ ਲਿਆ ਪਾਣੀ ਵੱਢ ਲਿਆ ਉਹ ਤੂੰ ਫਿਰ ਫਿਕਰ ਕਿਉਂ ਕਰਨਾ ਤੂੰ ਓਏ ਪੁੱਤਰ ਅਸੀਂ ਤਾਂ ਉੱਥੇ ਜਾ ਕੇ 5-7 ਖੂਨ ਕਰਾ ਦਿੰਦੇ ਹਾਂ ਚੱਲ ਚੱਲ ਮੈਂ ਛੁਰੀ ਲੈ ਆਵਾਂ ਮਾਮਾ ਕਾਹਦੇ ਲਈ ਆਪਸ ਹੀ ਮਰ ਜਾਣਗੇ ਆਪ ਚੱਲ 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 ਓ ਵਾ ਮਾਮਾ ਤੇਰੇ ਲਾਰੇ ਤੇ ਮੁੰਡੇ ਰਹਿਣ ਕੁਆਰੇ ਚੰਗਾ ਘੋੜੀ ਦਾ ਸੌਦਾ ਕਰਾਈ ਓ ਕਿਹੜਾ ਕੁੜੀ ਦਾ ਸੌਦਾ ਓ ਕੁੜੀ ਦਾ ਨਹੀਂ ਘੋੜੀ ਦਾ ਓਏ ਉਲਟਾ ਚੋਰ ਕਤਵਾਲੀ ਡੰਡੇ ਓਏ ਤੂੰ ਤੇ ਆਪ ਹੀ ਨਹੀਂ ਕਿਤੇ ਟਿਕਦਾ ਕਿਤੇ ਨਹੀਂ ਟਿਕਦਾ ਤੂੰ ਆਪ ਮੇਰੇ ਕੋਲ ਭਾਵੇਂ ਹੁਣ ਚੱਲ ਕੇ ਘੋੜੀ ਦਾ ਸੌਦਾ ਕਰ ਲੈ ਓਏ ਨੇਕੀ ਚ ਨਾ ਕੀ ਚਲੋ ਬੈਠੋ ਓਏ ਅਲੱਦ ਲਾਦੋ ਪੁੱਤਰ ਲਾਦੋ ਮਾਮਾ ਜੀ ਔਕਾ ਬਣ ਮੇਰਾ ਉਧਰ ਰੱਖ ਉਧਰ ਮਾਮਾ ਓ ਹਾਂ ਮੇਰਾ ਕੀ ਬਣੇਗਾ ਓਏ ਤੂੰ ਇੱਥੇ ਚਲੋ ਮੈਂ ਹੁਣੇ ਆਉਣਾ ਤੇ ਮੇਰੇ ਨਾਲ ਚਾਂਪਾ ਕਰਦੀ ਪਹਿਲੇ ਗੱਲ ਤੇ ਦੱਸ ਕੀ ਹੋਈ ਮਾਮਾ ਅੱਜ ਮੇਰੇ ਫਿਰ 2 ਰੁਪਏ ਚੁਰਾ ਕੇ ਲੈ ਆਈ 2 ਰੁਪਏ ਕਿੱਥੋਂ ਚੁਰਾਏ ਕਰੋ ਚਲੋ ਮੈਨੂੰ ਮੌਕਾ ਦਿਖਾਓ ਚੱਲ ਕੇ ਆਓ ਓ ਮਾਮਾ ਓ ਮੇਰਾ ਕੀ ਕਰ ਚੱਲੇ ਹੈ ਓ ਤੂੰ 2 ਮਿੰਟ ਕਰਾ ਹੁਣੇ ਇੰਤਜ਼ਾਰ ਕਰ ਮੈਂ 2 ਘੰਟੇ ਤੱਕ ਹੁਣੇ ਹੁਣੇ ਆ ਮਾਮਾ ਕੀ ਹੋਇਆ ਓ ਮਾਮਾ ਓ ਮਾਮਾ ਓ ਚੱਲ ਤੇ ਸੁਣਦਾ ਜਾ ਬੜੀ ਮੋਰਾ ਵਾਂਗੂ ਚਾਲ ਮੈਂ ਕਿਹਾ ਬਹੁ ਜੀ ਇਹਦੇ ਨਾਲ ਹੀ ਚਲੇ ਜਾਓ ਰੱਬ ਨੇ ਚਾਹਿਆ ਸਾਲਮ ਜਾਓਗੇ ਤੇ ਅੱਧੇ ਅਪੜੋਗੇ ਨਾ ਭਾਈ ਮੈਂ ਤੇਰੇ ਨਾਲ ਹੀ ਜਾਵਾਂ ਮੈਂ ਕਿਹਾ ਬਹੁ ਜੀ ਅੱਧੀ ਬੁਫਤੀ ਪਾ ਲੈਣੇ ਆ ਚਲੋ ਸਾਡੇ ਨਾਲ ਮੈਂ ਕਿਹਾ ਇਹ ਯੱਕਾ ਤੇਰਾ ਕਿਵੇਂ ਜੀ ਤੁਸੀਂ ਖਰੀਦਣਾ ਨਹੀਂ ਮੈਂ ਇਹਦਾ ਨੰਬਰ ਨੋਟ ਕਰਨਾ ਭੁੱਲਣਾ ਬਹੁ ਨੰਬਰ ਸ਼ਹਿਰਾਂ 'ਚ ਨੋਟ ਹੁੰਦੇ ਨੇ ਇੱਥੇ ਤਾਂ ਬਿੱਲ ਨੰਬਰਾਂ ਹੀ ਕੰਮ ਚੱਲਦਾ ਹੈ ਕਿ ਨਾ ਉਹ ਬੋਲਿਆ ਉਹ ਕਿੱਥੇ ਮਰ ਗਈ ਹੈ ਅੰਨਾ ਹੋ ਗਿਆ ਉਹ ਗੰਨਾ ਨਹੀਂ ਸਮਾਨ ਹੈ ਸਮਾਨ ਤੈਨੂੰ ਕਿਸੇ ਨੇ ਫੜ ਲਿਆ ਸੀ ਹੜ ਇੱਥੇ ਹੜ ਆ ਗਿਆ ਤੇ ਫਿਰ ਇੱਥੇ ਨਹੀਂ ਉਡਿਕਣਾ ਉਹ ਚੱਲ ਬਈ ਵਾਪਸ ਚੱਲੀਏ ਮੈਂ ਉੱਥੇ ਡੁੱਬ ਕੇ ਨਹੀਂ ਮਰਨਾ ਓਏ ਯੱਕੇ ਤੇ ਸਮਾਨ ਰੱਖ ਸਮਾਨ ਜਵਾਨ ਓਏ ਜਵਾਨ ਨਹੀਂ ਤਾਂ ਤੈਨੂੰ ਕੀ ਕਿਸੇ ਨੂੰ ਤਾਂ ਸਮਾਨ ਚੁੱਕੇ ਵਿਖਾਵੇ ਇਹਨੂੰ ਕਾਹ ਚੁੱਕੇ ਆ ਦੱਸ ਓਏ ਕਹਿੰਦਾ ਦੀ ਹਵੇਲੀ ਦਾ ਕੀ ਲੈਣਾ ਓ ਤੂੰ ਤੇ ਕੁੜੀ ਹੈ ਨਹੀਂ ਜਨਾਰ ਹੈ ਪਿਸ਼ਾਰ ਓ ਪਿਸ਼ਾਰ ਤਾਂ ਨਹੀਂ ਅਸੀਂ ਲਾੜ ਤੋਂ ਆਏ ਆ ਬੜੇ ਦਿਲ ਵਾਲੇ ਬੰਦੇ ਆ ਇਹ ਕਿਰਾਏ ਦੀ ਗੱਲ ਕਰ ਮੈਂ ਕਿਹਾ ਜੀ ਤੁਸੀਂ ਕੀ ਸ਼ੈ ਹੋ ਬਹਿ ਵੀ ਜਾਵਾਂਗੇ ਪਹਿਲੇ ਕਿਰਾਇਆ ਤੇ ਮੁਕਾ ਕਿਰਾਇਆ ਮੁਕਾ ਹੋਇਆ ਸੁੱਕਾ ਹੋਇਆ
मैं तेन सुखा आया लगना है, मैं भलवानी करना वा रुपया एक दया। अच्छा कोई दे नहीं। अरे आली बोल, मैं कोई बोला तो नहीं, चल चुक समान तुसी आप ही चुको तो फिर पहली देंगा। चल 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 चलो बोलिया। थैंक यू ना, जे मेरे को दसा का पान होंदा है तो मैं कई बार आती। पान नहीं हैगा तो तू दसा का ही रख ले। सोच कर बहू, ए शहर नहीं पिंड है, पिंड टेंड टेंड तू अपने लुका आ, सानू निरा शहर ही ना समझी, असि नखालस क्यों दूध दे पले हुए हैं। वेखा साढ़े डंग बहू एन तो चिड़ी कर छा उ बड़ा ही सजेगा। थैंक यू ना। कां कां ते तू खादे होए ने, मैं ते सगों लिहाज करना वा तेरा। हां कतर कतर जर कां कां करदी पई है। बस ओए बस बस बस, इस तरह कर ए रुपया तू एडवांस ले ले। हांके ना, मैं 10 रुपया दे एडवांस सिर विच मारने ने। ओ भाई तैनू भी कसौली भेजना पैगा यके वालिए। पागले एडवांस नहीं, एडवांस अगौ पेशगी। पेशगी का दी, मैं कोई जवी बेचनी है। ओहो भाई, मैं रोज अपनी जमीन ते जाना होएगा, तू यका ले ही करी ते पैसे बराबर हो जाएंगे। टब्बर ओ टब्बर ते साढ़े दो झूठ बोलता है। चुप कर ओए, अला भी यके आलिए, तू रोज जरूर आ जाई करी। देखी साड़ी पेशगी ना खा जाई। क्यों ना, मैं भी कोई बकरी हाँ। चक्री और चक्री तू साड़ी की पुआवेंगी, मैं एक एक दी चक्री पुआ देंगा। हुक्म अल्लाह दे ते हिम्मत अपनी दे नाल। अट्टो रोए, मैं ते मुड़ गया उनू मोड़। चुक चुक चल आ। डुब मर और डुबांगा, पर तेन भी नाल लैके डुबांगा। ध्यान नाल काका, किधरे सड़ ते नहीं लगी। अरे पट तू मेरे को उठा ली, अभी बाल दे मगर पै गया आटो के अंदर। चल लाली। चाचा, चाचा। लाली अज बड़ी लग पी आई। आहो चाचा, ऐ पुत्र जे मैं देख सकदा ते तेरे दसन तो पहले ही ना जान लगा। चाचा अज एक बड़ी चंगी सवारी मिल गई तो उन्हें मैंने 10 रुपए दिते। 10 रुपए? आहो क्यों? कुछ नहीं, ऐवें डर गया सा, जदों कोई किसी नूं उहदी मजूरी तो वध पैसे दे दे ते उहदे विच भी कोई खोट हुंदा है। पर ओ बहू शकलां ते पैड़ा नहीं लगदा। शकलां अकलां ते पर्दे पा दिंदियां ने लाली, शकलों ते सप भी पैड़ा नहीं हुंदा, पर उहदा टंगिया पानी नहीं मंगदा। दिल वाले बंदे सप दे सिते पैर रख के लंघ जांदे ने चाचा, है कि ना? कहनी ते तू ठीक है चाचा। बाली ते निका किथे ने? बाली नु ते मैं फोन दे के भेजी है ते निका सवेर दा वेखिया नहीं। मैं इस मुंडे तों बड़ा लचार हो गया, खबरे किथे वे।
बोलिया मेरा बटवा किथे मिठे मिठे ते इस पिंड विच बड़े महंगे ने और कोई चीज ले आवां ओए मिठियां दिया पुत्रा मैं पूछना बटवा 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 कटवा ऐ सही आख्या है ऐ पिंड है ना ऐ सारा कटवियां दा हैगा आज मैं सवेरे लस्सी पीण गया ते उन्होंने मेरे को पंजा ने चाड़ ले जे शहर हुंदा ना ते मैं उन्हें सने दुकान ठहर लवा के कैद करा दे ओए पागल खाने अरे कुश्ती लड़नी है ते आजा फिर मैं भी मुल्तानी आने लग गया गला क्यों घोटना है मारन लग गया मेरा बटवा चोरी हो गया है और दिल विच पया गल्ला करना है जरा उची बोल मेरा बटवा चोरी हो गया ओए होए हौली बोल मैं कोई डोरा ते नहीं मैनु पता जिथे तेरा बटवा गया किथे चोरी हो गया है मैं ते चोरी नहीं की थी बीबी निका किसे चुरा के डोले उठा लग गया सी बखा हां बहुता बटवा ए तेरे कोल किस तरह पहुंच गया ए मेरा भरा चुरा के ले गया तेरे भरा ने चुरा लिया सी ए चंगे काम दो ने फड़े ने आप यका वानी है ते उन जेबा कटन ते रखे है हां के ना नाले में बटवा ले आके दिता तो उत्तर टिचकरियां पे करदा है किथे चली है जरा गल से सुन मैं नहीं सुन दी ना सुन अच्छा फिर सुना है कुछ नहीं है क्यों ना कुछ नहीं तो सदिया क्यों सी एवे जी की चास ए चंगा जी है मैं क्या जी एस जीव को जरा बच के ही रहना जी जी हां जरा संभल के सिर मार फुल डिग पे गई हम ते मैं वालना च गुंदे होया है ए कदी डिग सकदा है तेन फुला नाल बड़ा प्यार है मैं शुभो नाल बड़ा ही प्यार है शुभो पावे किधरे होवे मैं उथे उड़ के चली जानी हूं ते फिर इंज कर यकावाना छाड़ दे ते इतर बेचना शुरू कर दे हाय मेरी अल्लाह कितनी मीठी खुशबू है एले की याद करेंगी कि कोई बहू पिंडी चाया से बहू मैं वाना जगुना ना ए फूल नहीं ए शीशी है ले आ मैं दे मैं लावा थैंक यू ना की होया आशिक बो किते मैं बेहोश ना कर दवे सगो चंगा है ना क्यों तू बेहोश हो गई हो ते मैं तन अपनी बाहों से चुक के तेरे घर छड़ावांगा थैंक यू ना देखने वाले लोग की कहेंगे जे तन वेखन वाले ना ख्याल है ते मेरी शीशी मोड़ दे अह ऐ शीशी ते मैं तन कदी भी ना दवा क्यों कदी लिथी चीज भी मुड़ी है जी जी ਪੱਟੀਆਂ ਬਲਕਾਂ ਦੀਆਂ ਭੁੱਖ ਲੱਗ ਨੱਚੀਆਂ ਸ਼ਰਮ ਦੀਆਂ ਪੱਟੀਆਂ ਕੇ ਅੱਖੀਆਂ ਪਿਆਰ ਰੰਗੀਆਂ ਕੇ ਅੱਖੀਆਂ ਪਿਆਰ ਰੰਗੀਆਂ ਅੱਜ ਨਾਲ ਕਿਸੇ ਦੇ ਹੱਸੀਆਂ ਅੱਖੀਆਂ ਪਿਆਰ ਰੰਗੀਆਂ
ਬੁੱਕਲਾ ਤੇ ਨੱਚੀਆਂ ਧਰਮ ਦੀਆਂ ਕੱਚੀਆਂ ਕੀ ਅੱਖੀਆਂ ਪਿਆਰ ਰੰਗੀਆਂ ਕੀ ਅੱਖੀਆਂ ਪਿਆਰ ਰੰਗੀਆਂ ਅੱਜ ਨਾਲ ਕਿਸੇ ਦੇ ਫਸੀਆਂ ਮੈਨੂੰ ਚੋਰ ਲੁੱਟ ਕੇ ਲੈ ਗਿਆ, ਮੇਰਾ ਕੱਖ ਨੀ ਛੱਡ ਗਿਆ, ਹਾਏ ਲੋਕੋ ਮੈਂ ਲੁੱਟ ਗਿਆ। ਸ਼ੁਕਰ ਕਰ ਤੂੰ ਕਰਨੀ ਸਹੀ ਜੀ। ਮੁਕਦਮਾ ਬੜਾ ਵੱਡਾ ਪੇਸ਼ ਹੋ ਗਿਆ। ਨਾਲੇ ਪਿੰਡ ਵਾਲੇ ਦੀ ਜੁੱਤੀਆਂ ਦਾ ਨਾਮ ਬਹੁਤ ਨੁਕਸਾਨ ਹੋ ਗਿਆ। ਵੈਸੇ ਤੂੰ ਬਿਲਕੁਲ ਫਿਕਰ ਨਾ ਕਰ, ਮੈਂ ਚੋਰ ਦਾ ਫੁਰਾ ਨੱਪ ਲਿਆ, ਚੋਰ ਕਿਸੇ ਕਬਾੜੀਏ ਦਾ ਪੁੱਤਰ ਮੁੰਡਾ ਕਬਾੜੀਏ ਦਾ ਹੈ ਲੈ ਗਿਆ, ਤੇ ਅੱਧਾ ਨੁਕਸਾਨ ਮੈਂ ਤੇਰਾ ਪੂਰਾ ਕਰ ਦੇਣਾ। ਤੂੰ ਇੱਕ ਮੇਰੀ ਜੁੱਤੀ ਦਾ ਨਾਪ ਲੈ ਲੈ ਤੇ ਇੱਕ ਕਿਰਨੇ ਦੀ ਜੁੱਤੀ ਦਾ ਨਾਪ, ਅੱਧਾ ਨੁਕਸਾਨ ਤੇਰਾ ਪੂਰਾ ਹੋ ਗਿਆ। ਰੋ ਨਾ ਤੂੰ, ਤੂੰ ਨਾ ਰੋ। ਮਾਮਾ ਰੋਵਾਂ ਕਿਸ ਤਰ੍ਹਾਂ ਨਾ, ਚੋਰਾਂ ਨੂੰ ਪਤਾ ਲੱਗ ਗਿਆ ਮੈਂ ਭੁੱਕੀ ਨੰਗੀ ਆ। ਬਹੁਤ ਮਾੜੀ ਗੱਲ, ਬਹੁਤ ਬਹੁਤ ਪੈੜੀ ਗੱਲ। ਓਏ ਪੁੱਤਰ ਕਿਰ ਲਿਆ? ਆਹੋ ਮਾਮਾ ਜੀ, ਬਹੁਤ ਪੈੜੀ ਗੱਲ ਹੋ ਗਈ। ਮੈਂ ਕਿਹਾ ਮੈਂ ਤੈਨੂੰ ਗੱਲ ਦੱਸਾਂ, ਐਤਕੀ ਜਦੋਂ ਚੋਰ ਆਉਣ ਨਾ ਤੇ ਤੂੰ ਕਰੀ ਜੁੱਤੀਆਂ ਦੇ ਨਾਪਾਂ ਦੀ ਜਗ੍ਹਾ ਤੇ ਜੁੱਤੀਆਂ ਰੱਖ ਦੇ, ਉਹਨਾਂ ਨੂੰ ਪਤਾ ਲੱਗ ਜਾਏਗਾ ਰੱਜੀ ਪੁੱਜੀਏ ਤੇ ਤੇਰਾ ਪਰਮਪਾ ਕਾਇਮ ਰਹੇਗਾ। ਹੈ ਵਾਹ ਮਾਮਾ, ਚੰਗਾ ਬਲਾ ਸਿਆਣਾ ਬਿਆਨਾ ਹੋ ਕੇ ਤੇ ਇਹ ਕੀ ਫੈਸਲਾ ਕੀਤਾ ਈ, ਕੋਈ ਰਾਹ ਲੱਭ? ਓਏ ਰਾਹ ਸਿੱਧੀ, ਬਿਲਕੁਲ ਸਿੱਧੀ ਤੇ ਮਾਮੇ ਹੋਣਾਂ ਨੇ ਲੱਭ ਲਈ। ਤੁਸੀਂ ਇਸ ਤਰ੍ਹਾਂ ਕਰੋ, ਸਾਰੇ ਜਿੰਨੇ ਰਲ ਕੇ ਨਾ ਪਿੰਡ ਦੇ ਸਾਰੇ ਬੰਦੇ ਰਲ ਕੇ ਚੋਰਾਂ ਨੂੰ ਫੜ ਲਿਓ ਤੇ ਮਾਮੇ ਹੋਰੀ ਅਦਾਲਤ ਲਾ ਕੇ ਉਹਨਾਂ ਨੂੰ ਫਾਹੇ ਲਾ ਦੇਣਗੇ। ਹੈ ਲੈ ਪੁੱਤਰ, ਅਦਾਲਤ ਨੇ ਬੇਟਾ ਕਾਨੂੰਨ ਠੱਪ ਲਿਆ, ਚੱਲੇ ਨੀ ਮਾਮੇ ਹੋਰੀ ਸਲਾਮ ਅਲੈਕਮ। ਮਾਮਾ ਇਹ ਸਾਰਾ ਮਿੱਠੀ ਫੈਸਲਾ ਕੀਤਾ ਹੈ। ਆਇਆ ਓਈ ਆਇਆ 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 ਹਸਲਾ ਕਰਨੀ ਹਸਲਾ ਕਰ। ਮਾਮਾ ਜੋਦੀ ਅਦਾਲਤ ਗਏ ਨੇ, ਸਿਆਪੇ ਚੋਰਾਂ ਨੂੰ ਫੜ ਲਾਂਗੇ। ਤੂੰ ਚੋਰਨ ਕੀ ਮਾਰਨੇ, ਡਾਂਗ ਮਾਰੇ ਕੁੱਤੇ ਨੂੰ ਤੇ ਮਾਰ ਛੱਡਣਾ ਕੁੱਕੜ ਹੈ ਕਿ ਨਾ? ਲੈ ਵੀ ਲਾਲੀ, ਉਹਨਾਂ ਨੂੰ ਕੋ ਇੱਥੇ ਆ ਕੇ ਵਿਖਾਉਣ। ਹੌਲੀ ਬੋਲ ਚਾਚਾ, ਜੇ ਚੋਰਾਂ ਨੇ ਸੁਣ ਲਿਆ ਤੇ ਸੱਚਮੁੱਚ ਹੀ ਆ ਜਾਣਗੇ। ਨਹੀਂ ਤਾਰੇ ਦੇ ਘਰ ਚੋਰ ਨਹੀਂ ਪੈ ਸਕਦੇ, ਤੈਨੂੰ ਨਹੀਂ ਪਤਾ ਤੇਰਾ ਪਿਓ ਕਿੰਨੇ ਖੜਕੇ ਧੜਕੇ ਵਾਲਾ ਹੈ। ਹਾਂ ਬੱਲੇ, ਖੜਾ ਕਿਧਰੇ ਹੋਵੇ ਤੇ ਦਿਲ ਤੇਰਾ ਧੜਕਣ ਲੱਗ ਪੈਂਦਾ। ਕੱਲ ਮਸੀਤ ਦੇ ਬੋਕੇ ਥੁੱਕਿਆ ਕਿਉਂ ਸੀ? ਕੌਣ ਕਹਿੰਦਾ ਵੇ? ਮੈਨੂੰ ਮੀਆਂ ਨੇ ਦੱਸਿਆ। ਮੀਆਂ ਤਾਂ ਝੂਠ ਬੋਲਦਾ ਬੀਬੀ, ਮੈਂ ਬੋਕੇ ਵਿੱਚ ਨਹੀਂ, ਮੈਂ ਤੇ ਖੂਹ ਵੀ ਥੁੱਕਿਆ। ਹਾਏ ਹਾਏ ਬੋਲਿਆ, ਤੈਨੂੰ ਕੀ ਹੋਇਆ? ਆ ਖੋਇਆ ਹੋਇਆ ਨੇ, ਲੈ ਮੈਨੂੰ ਦੁੱਧ ਪਿਆ ਦੇ,
मैं गशी जी पै गई बस दरअसल गल ये मैनू बचपन तो वर्जिशा करन दा शौक है ते शहर विच मेरे मुकाबले दा कोई पुलवान जोड़ विच नहीं आ सकता वे उन्हें तेरे नाल जोड़ पा के ते तन्नू खफन पाना है नठन नठन दा सवाल ही पैदा नहीं होंदा और ताकतां दी गल्लां ने ताकतां असि एक साह विच हजार डंड ला सकने हैं आहो ए खुराकां खादियां होईयां ने हवा कोलों बची किधरे उड़ा के ना लै जाई चुरा के और चुरा के किस तरह कोई लै जाएगा मैं घ्यो ते बदाम दो ताले विच रखे हुए ने अगले सीजन विच वेखी पिंडे ते चूंडी नहीं भरी जानी अस क्यों बोलिया गल्ला करना टाके दिया तो सुनना है बंगाले दिया ओ काले दा नहीं मैं ते अपने गूंगे पलवान दा पठा वा लाली तू आ गई ओ बोलिया मैं जमीना ते चलिया ते तू बाबे दौलू वालों आई ओ आलू आलू नहीं मैं खाने मैं ते क्यों दूध पीवांगा ओ बाबे दौलू वालों रकम लाई रकम ओए हाली बोल मैं कोई डोरा ते नहीं मैं रकम ले आवा ते ऐसा ला करदा ते चल लाली चली Oh,
ਚਾਚਾ ਲੱਕਵੇ ਜੱਟੀ ਚੱਲੀ ਮੁਰੱਬੀਆਂ ਦੀ ਸੈਲ ਨੂੰ ਨਾ ਪੂਰ ਕੇ ਅੜਿਆ ਤੱਕਵੇ ਰੇਸ਼ਮ ਦਾ ਲਾਚਾ ਲੱਕਵੇ ਰੇਸ਼ਮ ਦਾ ਲਾਚਾ ਲੱਕਵੇ ਨਾਲੇ ਬੁੱਲਾਂ ਤੇ ਸਜਰਾ ਸਕਵੇ ਮੈਂ ਹਰ ਵੇਲੇ ਤੇਰੇ ਯੱਕੇ ਦੀ ਸੈਰ ਕਰਦਾ ਰਹਾ ਸ਼ਹਿਰੀਏ ਬੜੇ ਕੋਈ ਦੇ ਹੁੰਦੇ ਨੇ ਉਹ ਕਿਸ ਤਰ੍ਹਾਂ ਹਮੇਸ਼ਾ ਹੱਥ ਇਧਰੋਂ ਦੀ ਲਿਆ ਕੇ ਤੇ ਨੱਕ ਨੂੰ ਫੜਨਗੇ ਦਿਲ ਮੇਰੇ ਕੋਲ ਬਹਿਣ ਤੇ ਕਰਦਾ ਤੇ ਪੱਜ ਪਾ ਲਿਆ ਸੀ ਯੱਕੇ ਦੀ ਸੈਲ ਦਾ ਚਲਾ ਕਿਤੋਂ ਦਾ ਹੈਂਕੇ ਨਾ ਮੈਂ ਤੇ ਪੜਿਆ ਹੋਇਆ ਨਾ ਤੇ ਤੂੰ ਗੁੜੀ ਹੋਈ ਹੈ ਕਿੰਨਾ ਕੁ ਪੜਿਆ ਹੋਇਆ ਗੂਠਾ ਲਾ ਸਕਨੇ ਗੂਠਾ ਲਾਣਾ ਤੇ ਨਹੀਂ ਜਾਣਦਾ ਦਿਲ ਲਾਣਾ ਚਾਹੁੰਦਾ ਹੈਂਕੇ ਨਾ ਸਾਡੇ ਨਾਲ ਨਾ ਕੁਝ ਗੱਲਾਂ ਕਰਿਆ ਕਰ ਮੈਂ ਹੁਣੇ ਉੱਠ ਕੇ ਚਲੀ ਜਾਵਾਂਗੀ ਇਹ ਕੋਈ ਪੈੜੀਆਂ ਗੱਲਾਂ ਹਾਂ ਤੇ ਹੋਰ ਕੀ ਤੇ ਫਿਰ ਕਿਹੋ ਜਿਹੀਆਂ ਗੱਲਾਂ ਕਰਾਂ ਤੂੰ ਹੀ ਦੱਸ ਦੇ ਯੱਕੇ ਵਾਲੀਏ ਯੱਕੇ ਵਾਲੀਆ ਕੀ ਹੋਇਆ ਸਿੱਧੀ ਤਰ੍ਹਾਂ ਲਾਲੀ ਕੌਣ ਹਾਂ ਲਾਲੀ ਹਾਂ ਬਹੁ ਹਾਂ ਬਾਉਲੀ ਹਾਂ ਅਸਲਮ ਅਸਲਮ ਸ਼ਹਿਰ ਕਦੋਂ ਜਾਏਗਾ ਜਦੋਂ ਕਵੇਂ ਮੇਰਾ ਅੱਖਾਂ ਮੰਨ ਲੇਗਾ ਆਹੋ ਫਿਰ ਕਦੀ ਨਾ ਜਾਏ ਦਿਲੋਂ ਕਹਿੰਦੀ ਦਿਲ ਦੀ ਗੱਲ ਮੂੰਹ ਕਹਿੰਦੀ ਆ ਮੈਨੂੰ ਤੇ ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਮੈਂ ਤੈਨੂੰ ਬੜੇ ਚਿਰ ਤੋਂ ਜਾਣਨੀ ਆ ਮੈਂ ਤੇ ਤੈਨੂੰ ਬਿਲਕੁਲ ਨਹੀਂ ਜਾਣਦਾ ਤੂੰ ਜਾਣ ਨਾ ਜਾਣ ਮੈਂ ਤੇ ਤੈਨੂੰ ਜੋ ਜਾਣਨਾ ਸੀ ਜਾਣ ਲਿਆ ਖੁਸ਼ਬੂਆਂ ਦੇ ਕੇ ਨੀਂਦਰਾਂ ਖੋਣ ਵਾਲਿਆ ਉਹ ਨੀਂਦਰਾਂ ਤੇ ਖੋਲੋ ਬੋਲਿਆ ਸੁੱਤੇ ਪਏ ਆ ਸੁਣਦੇ ਨਹੀਂ ਹੋ ਭਰਾ ਲਾਂਗੇ ਆਂਦਰੇ ਕੀ ਰਾਲਾ ਪਾਇਆ ਏ ਤੂੰ ਕੌਣ ਏ ਗਾਉਣ ਵਾਲਾ ਦਿਸਣਾ ਤੈਨੂੰ ਨਾ ਨਾ ਨੌਨਸੈਂਸ ਉਹ ਦੌਲਾ ਕਿੱਥੇ ਮੈਨੂੰ ਵੱਡੇ ਖਾਂ ਹੋ ਰਹਿਣਾ ਭੇਜਿਆ ਤੂੰ ਸ਼ਹਿਰ ਤੋਂ ਆਇਆ ਮੈਂ ਖਿਆਲ ਛੁੱਟ ਨਹੀਂ ਸਕਦਾ ਉਹਨੂੰ ਫਟਾਫਟ ਬਾਹਰ ਕੱਢ ਕਿੱਥੇ ਵੇ ਤੇਰਾ ਤੇ ਪੇਚ ਤੇ ਨਹੀਂ ਢਿੱਲਾ ਬਿੱਲਾ ਉਹ ਬਿੱਲਾ ਲੈ ਕੇ ਮੈਂ ਕੀ ਕਰਾਂਗਾ ਮੈਂ ਤੇ ਵਟਾਈ ਦੀ ਰਕਮ ਲੈਣ ਆਇਆ ਵਾਂ ਖਬਰੇ ਤੂੰ ਕੀ ਬੁਲਾ ਲਾ ਅਫਲਾ ਦੀ ਰਿਸ਼ਵਤ ਕਿਸੇ ਹੋਰ ਨੂੰ ਦੇਈ ਅਸੀਂ ਤੇ ਆਪਣੀ ਵਟਾਈ ਦੀ ਰਕਮ ਲੈ ਕੇ ਟਲਾਂਗੇ ਵੇ ਤੂੰ ਬੋਲਾ ਹੈ ਕੋਕੋਲਾ ਆ ਕੋਲਾ ਤੇ ਸ਼ਹਿਰ ਵਿੱਚ ਪਰਮਿਟ ਤੋਂ ਮਿਲਦਾ ਤੁਸੀਂ ਫਿਕਰ ਨਾ ਕਰੋ ਅਸੀਂ ਤੁਹਾਡਾ ਪਰਮਿਟ ਬਣਵਾ ਦੇਵਾਂਗੇ ਆਪਣੀਆਂ ਲੰਮੀਆਂ ਹੀ ਵਾਕੀਆਂ ਨੇ ਵੇ ਫਿਟਾ ਹੀ ਨਾਕੀ ਸੱਕ ਸੱਕ ਅੱਜ ਕੱਲ ਸ਼ਹਿਰ ਵਿੱਚ ਕੋਈ ਨਹੀਂ ਇਸਤੇਮਾਲ ਕਰਦਾ ਅੱਜ ਕੱਲ ਤੇ ਕੁੜੀਆਂ ਲਿਪਸਟਿਕ ਪਾਊਡਰ ਨੂੰ ਇਸਤੇਮਾਲ ਕਰਦੀਆਂ ਨੇ ਚੱਲ ਸੁਣਾ ਵੀ ਬੋਲਿਆ ਕਦੋਂ ਆਏ ਖਾਨ ਹੋਰੀ ਝਗੜੇ ਨੇ ਝਗੜੇ ਤੇ ਇਹ ਕਰਦੀ ਏ ਮੈਂ ਤਾਂ ਇੱਕ ਲਫ਼ਜ਼ ਨਹੀਂ ਬੋਲਿਆ ਤੇ ਖਲੋਤਾ ਹੈ ਕਿਉਂ ਬਹਿ ਜਾ ਕੁੜੀਏ ਟੂਲ ਫੜ ਲਿਆ ਨਾ 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 ਇਹ ਤਰਬੂਜ਼ ਤਾਂ ਮੈਂ ਕੀ ਕਰਨਾ ਮੈਨੂੰ ਸ਼ੌਕ ਨਹੀਂ ਮੈਂ ਤੇ ਮਿੱਠੇ ਖਾਣਾ ਹੁੰਦਾ ਗੁੱਲੋ ਤੂੰ ਬੋਲੇ ਨੂੰ ਖੂਹ ਤੇ ਲੈ ਜਾ ਤੇ ਇਹਨੂੰ ਮਿੱਠੇ ਤੋੜ ਦੇ ਕਿਆ ਖੂਹ ਤੋਂ ਮਿੱਠੇ ਲੈ ਜਾ ਕੇ ਹਲੀ ਬੋਲ ਮੈਂ ਕੋਈ ਡੋਰਾ ਤੇ ਨਹੀਂ ਹਾਂਜੀ ਬੁੱਲੋ ਜੀ ਸਾਨੂੰ ਮਿੱਠੇ ਤੋੜ ਦਿਓ ਚੁੱਪ ਕੇ ਵੇ ਕਿੰਨਾ ਮਿਠਾਈ ਥੈਂਕ ਯੂ ਨਾ ਤੇਰੇ ਹੱਥਾਂ ਨਾਲ ਲੱਗ ਕੇ ਮਿੱਠਾ ਹੋ ਗਿਆ ਲਾਲੀ ਥੈਂਕ ਯੂ ਨਾ ਮੇਰੇ ਹੱਥ ਨਹੀਂ ਕਿ ਗੁੜ ਦਾ ਕਾਨ ਨੇ ਇਹ ਹੱਥ ਹੁਣ ਤੇਰੇ ਕਦੋਂ ਨੇ ਲਾਲੀ ਇਹ ਤੇ ਮੇਰੇ ਹੋ ਗਏ ਨੇ ਹੈ ਕਿ ਨਾ ਰੱਬ ਸਾਰੀਆਂ ਕੁੜੀਆਂ ਦੇ ਪਿਓਾਂ ਨੂੰ ਮਨਾ ਹੀ ਕਰ ਦੇਵੇ ਪਿਆਰ ਦੀ ਲੁਕਣ ਮੀਟੀ ਤੇ ਖੁੱਲ ਕੇ ਖੇਡਣ ਕਿਉਂ ਲਾਲੀ ਤੂੰ ਮੇਰੇ ਨਾਲ ਗੱਲ ਕਰ ਓਏ ਓਏ ਗੱਲਾਂ ਇਹਦੇ ਨਾਲ ਹੀ ਹੋਣਗੀਆਂ ਬਾਊ ਜਿਹਦੇ ਨਾਲ ਸਾਡਾ ਜਾਤੀ ਦਾ ਸਾਥ ਏ ਇਸ ਪਿੰਡ ਦਾ ਬੰਦਾ ਹੁੰਦਾ ਤਾਂ ਤੈਨੂੰ ਵੀ ਵੇਖ ਲੈਂਦੇ ਤੂੰ ਹੁਣ ਸਾਹਮਣੇ ਹੋ ਕੇ ਵੇਖ ਲੈ ਓਏ ਬਾਸ ਬੁਲਬੁਲਾਂ ਨਾਲ ਮੱਥੇ ਨਹੀਂ ਲਾਉਂਦੇ ਵਾਹ ਵੱਡਿਆ ਬਾਸ ਦਿਆ ਪੁੱਤਰਾ ਓਏ ਬਾਤਾਂ ਨਾਲ ਟੱਪ ਬਾਊ ਬਾਦੇ ਢਾਜਣਗੇ ਨਹੀਂ ਕੀ ਆਖੀਗਾ ਕੀ ਗੱਲੇ ਪਹਿਲਵਾਨ ਚੱਕਰ ਆ ਗਿਆ ਸਹੀ ਬੇਦਾਨਾ ਘੋਟ ਕੇ ਪੀਆ ਕਰ ਬੈਠ ਬੇਦਾਨੇ ਦਿਆ ਪੁੱਤਰਾ
ओए देखो है, मैं तेनू 100 बारी आख्या जदों कोई हसन वाली गल होया करे तो मैनू कूनी मार दिया कर। अच्छा कुछ नहीं, तू शम्मे ना लड़के चंगी गल नहीं की थी। जे मैं उधर ना लड़ता ना तो उन्हें स्वार हो जाना सी। पर वो मेरे चाचे ने जाके दस देगा। और तू ते अन्ना है पर असी ते अखा ले हां की होया जे मेरी अखा नहीं तुसी अखा वाले जो कुछ नहीं देख सकते मेरी अन्नियां नजरां उत्थे भी अपड़ पैंदियां ने और स्वा अपड़ पैंदियां ने। तू ते अखा नाल आन भी खो बैठा है। जे तू एडी आन वाला सी ते मेरे कोल की लैन आया उत्थे लाली ते बाऊ ते टक्करे कर देने सन। फिर मैं समझदा तैनू पिंड दी धी भैण दी इज्जत दा इन्ना ख्याल है। बल्ले होए ती तेरी ते फाए मैं लगदा फिरा तू क्यों नहीं ओदा गाटा ला देंदा। मैं ओदा गाटा ला देंदा पर मैनू पता है ओ तारे दी धी है ओदे पैर पहनेरियां विच भी नहीं डोल सकते। तेरे वर्गियां दी औलाद ही मापियां दे मुंह ते कालक मलदी हुंदी। शम्मिया ओए अज इक शम्मे दे मुंह ते इह गल है कल गल पिंड दे हर शम्मे दे मुंह ते होवेगी। और इज्जत लोड़ी दी तो लाली नूं वागा पा के रख और बड़ी मुंह जोर हो गई। शम्मा नी गुल्ला हुण की करिए। तू फिकर ना कर रोना शुरू कर दे। लाली सुन ले शम्या सुन ले हूं तेन सिर फड़ावगा तो तीवियां चतराइया का पता लगेगा। मणके मामा जी पिसर जामा जी सरकारे दरबारे जिला कचहरी ए थाने तोफाने पंगड़खाने बुचखाने बोरचीखाने गुसलखाने हर जगह से साड़ी पहुंचे। किसी का किहो जहा काम भी अटकया हो सड़कों कटाओ सड़कों कटाओ। ते मामा एक टोली नाल नाल क्यों लई फिरने। तौबा कर तौबा कर तौबा कर अल्फाज वापस ले अल्फाज वापस ले। बे डैतिया बे कमीजा ओए मैं नहीं तो कोई दफा ला देंगा। मैं कानूनी बंदा किसे में किसे में तू ओ चली बोलिए अदालत फड़ के टोली बनाते टोली बनाते ए अदालत है ते तन्नू होर की दिसदा ओ जे हो जे असी गरीब ओ जे गरीबी दा ओ दी अदालत हनेरे सवेरे तुपे छावे कोठे ते जमीन ते कलीना ते रूड़ी ते जिथे चाहे साडे कोल अदालत लो आ ले। मामा फिर ते तू बड़े काम दा आदमी। मैं कादे नहीं रोना ओ ऐसे गल ते मैं रोना देखना कि मेरे जहां बंदा सारे पिंड गए ही लैके लंबे नहीं लग सकता नहीं लग सकता। नहीं हाँ कैंट की बात कैंट की बात कौन है देखो 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 ये तो लाली है लाली आ उतर। मामा तू इतने इतने कितने की मामे तो चीज ही यहोजी ने हर थे होंगे ने कि मामा ना हो गया शैतान ही हो गया तेरा पला हो गया तू जो मर्जी कह ले नाले वे ना सच्ची गल मैं कभी गुस्सा भी नहीं किया कि नहीं किया कभी। अच्छा मामा मैं जमीना ते चलिया ते तू कदी कदी आंदा जांदा रही। हाँ मैं आंदा जांदा रहा ते तू सिर्फ जांदा रहे है। अच्छा ए जमीना ते चलिया तू ना लाली नु मिला जा उजाड़ा ला पसा उजाड़ा ला डर लगेगा डर है जो तू जा ओ हुण अदालत दा की करां किसने चुका इनू किसने चुका। मामा मैं आ गया। ओए ओए तू किथे मर गया था ओ सारी अदालत खिलरी पई मैं तेरी कह रहा है रात कह रहा है ओए मामा मैं सुता पिया था मेरा मंजी तो पैर ते लग गया चूकना भी निकल गया। चूकना निकल गया ओए तो जांदा वेखिया नहीं किधर गया नहीं चल नवा पवा देना चूकना तेन चल नवा चूकना लगना दाल चुक छेती नाल चूकना निकल गया चुक छेती नाल चल। मैं कहनी छड़ दे दस नहीं मेरी है मैं कहनी मेरी है लीरा लीरा कर देंगे पन्ने ही छड़ांगी। ये तू तो है ही गुंडी तू बड़ी नेक बीबी है मीस नहीं खाए ते मुंह ना लाए की कहनी है नी दसा तेन ठहर जाओ क्यों लड़ दियो बेदहती हो तुम एवं लीड़े पाल लोगी अपने गल की मामा जी ने दसो मामा जी ने दसो। मामा चादर मेरी है ना मामा मैं धो के चादर सुकने पाई मामी कहनी चादर मेरी है मामी मामा नहीं मामी होवेंगी तू ओ लड़ दिया क्यों तुम दोवे सही है एक गुस्सेली गल तो नहीं की हूं दसो मन मुड़िया छेती नाल अदालत फिट कर दे मामे होरां दी ओए लम्मी ना पा अदालत नू खड़ा रहन दे खलो के फैसला करांगे खलो के ए मामला कुछ बड़ा पेचदार है। हां अच्छा हुण दसो की गल ए चादर मेरी हैगी ए चादर तेरी है आहो चादर ते मेरी है चादर तेरी है
ਮੁੰਡਿਆ ਇਹ ਕਹਿੰਦੀ ਚਦਰ ਮੇਰੀ, ਇਹ ਕਹਿੰਦੀ ਚਦਰ ਮੇਰੀ, ਤੇ ਚਦਰ ਬੇਜ਼ਬਾਨ ਹੈ। ਆਹੋ ਮਾਮਾ ਜੀ, ਉਹ ਬਿਆਨ ਨਹੀਂ ਦੇ ਸਕਦੀ, ਕਿਸ ਤਰ੍ਹਾਂ ਮਲੂਮ ਹੋਵੇ ਚਦਰ ਕਿਹਦੀ ਹੈ। ਇਹ ਮੁੰਡਿਆ ਇਹ ਨਿਕਿਆ, ਇਹ ਛੇਤੀ ਨਾਲ ਅਦਾਲਤ ਕੱਠੇ ਮਾਰ ਲੈ, ਅਸੀਂ ਫੈਸਲਾ ਦੇਣ ਲੱਗੇ ਹਾਂ। ਇੱਧਰ ਲਿਆਓ ਚਦਰ। ਇਹ ਤੂੰ ਕਹਿੰਦੀ ਚਦਰ ਤੇਰੀ ਹੈ, ਤੂੰ ਕਹਿੰਦੀ ਚਦਰ ਤੇਰੀ। ਆਹੋ ਮੇਰੀ ਹੈ। ਨਾ ਤੇਰੀ ਨਾ ਮੇਰੀ, ਦੁਨੀਆਂ ਹੇਰਾ ਫੇਰੀ, ਚਦਰ ਅਦਾਲਤ ਦੀ ਹੈ, ਕਿਉਂਕਿ ਅਦਾਲਤ ਨੂੰ ਸਖਤ ਲੋੜ ਹੈ ਚਦਰ ਦੀ, ਕਿਉਂਕਿ ਰਾਤੀ ਬੜੀ ਤਰੇਲ ਪੈਂਦੀ ਹੈ। ਮੈਂ ਕਹਿੰਦਾ ਇਹ ਪੱਠੀ ਇੱਥੇ ਨਹੀਂ ਲੱਗੇਗੀ। ਕਿਉਂ ਨਹੀਂ ਲੱਗੇਗੀ, ਇੱਥੇ ਲੱਗੇਗੀ, 100 ਸਵਾਰੀ ਲੱਗੇਗੀ। ਅਸਾਂ ਇਹ ਪੱਠੀ ਇੱਥੇ ਨਹੀਂ ਲੱਗਣ ਦੇਣੀ। ਕੀ ਗੱਲ ਹੈ, ਕੀ ਗੱਲ ਹੈ, ਕੀ ਖਰੂਦ ਪਾਇਆ ਤੁਸੀਂ, ਕਿਉਂ ਪਿੰਡ ਦੇ ਖਲਲ ਦੇ ਵਿੱਚ ਅਮਨ ਪਾਣ ਡਾਏ? ਮੈਨੂੰ ਦੱਸੋ ਜਿਹੜੀ ਗੱਲ ਹੋਵੇ, ਮਾਮਾ ਜੀ ਨੂੰ ਦੱਸੋ, ਮਾਮਾ ਜੀ ਨੂੰ। ਮਾਮਾ ਇਹਦੇ ਤਰਲੇ ਕਰਦੇ ਮਰ ਗਏ ਆ, 4 ਕਦਮ ਪੱਠੀ ਆ, ਉਧਰ ਕਰ ਲੈ। ਭਾਗ ਭਰੀਏ, ਚਲ ਇਹ ਆਪਾਂ ਪੱਠੀ ਜਿਹੜੀ 4 ਕਦਮ ਪਰਾ ਕਰ ਲੈ। ਮਾਮਾ ਤਾਂ 4 ਕਦਮ ਪਰੇ ਹੁੰਦੀ ਹੁੰਦੀ ਤੇ ਮੈਂ ਪਿੰਡੋਂ ਬਾਹਰ ਨਿਕਲ ਜਾਂਗੀ। ਆਇਆ ਵੱਡਾ ਮੌਤ ਫਿਰ। ਠੀਕ ਹੈ ਜੀ, ਇਹ ਬਿਲਕੁਲ ਠੀਕ ਕਹਿੰਦੀ ਹੈ। ਇਹ 1 ਕਦਮ ਵੀ ਪਿੰਡੋਂ ਦੁਆਰਾ ਭਰਾ ਹੋਈ ਨਾ ਤੇ ਇਹਦੀ ਵਾਪਸੀ ਬੜੀ ਮੁਸ਼ਕਲ ਹੋ ਜਾਏਗੀ, ਬੜੀ ਮੁਸ਼ਕਲ। ਕਿਉਂ ਪੁੱਤਰ ਕਰ ਲਿਆ? ਆਹੋ ਮਾਮਾ ਜੀ, ਉਹ ਮਾਮਾ ਇਹ ਪੱਠੀ ਇੱਥੇ ਰਹੀ ਤੇ ਪਿੰਡ ਵਿੱਚ ਫਸਾਦ ਹੋ ਜਾਊਗਾ। ਕਿਉਂ ਫਸਾਦ ਕਿਉਂ ਹੋਏਗਾ, ਫਸਾਦ ਕਿਉਂ ਹੋਏਗਾ? ਉਹ ਜੇ ਫਸਾਦ ਹੈ ਤਾਂ ਮੈਂ ਤਾਂ ਕਰਫਿਊ ਲਾ ਦਿਆਂ, ਕਰਫਿਊ ਲਾ ਦਿਆਂਗਾ। ਕਿਉਂ ਪੁੱਤਰ? ਆਹੋ ਮਾਮਾ ਜੀ। ਉਹ ਪੁੱਤਰ ਕਰ ਲਿਆ? ਜੀ ਮਾਮਾ ਜੀ। ਲਾਹ ਮਾਮਾ ਜੀ ਦੀ ਅਦਾਲਤ ਜ਼ਰਾ ਹੈ ਤੇ ਜ਼ਰਾ ਵੇਖ ਕੇ ਗੌਰ ਨਾਲ ਦੱਸ ਕੇ ਇਹਨਾਂ ਨੂੰ ਦਫਾ ਕਿਹੜੀ ਲੱਗਦੀ। ਇਹਨਾਂ ਨੂੰ ਦਫਾ ਲੱਗਦੀ ਜੇ ਮਾਮਾ ਜੀ 4। ਮੈਂ ਕਿਹਾ ਫਿਰ ਗੌਰ ਨਾਲ ਦੇਖ ਲੈ, ਫਿਰ ਗੌਰ ਨਾਲ ਦੇਖ ਲੈ। ਦਫਾ ਦੇ ਮਾਮਲੇ ਬੇਈਮਾਨੀ ਨਾ ਕਰੀ ਬਿਲਕੁਲ ਹੈ। ਤੌਬਾ ਤੌਬਾ, ਆਪਣੇ ਪਿੰਡ ਦੇ ਬੰਦੇ ਨੇ, ਆਪਣੇ ਪਿੰਡ ਦੇ। ਤੇ ਫਿਰ ਤੁਸੀਂ 6 ਲਾ ਦਿਓ। ਮਾਰ ਗਿਆ ਸੀ ਨਾ 2 ਦਾ ਕਰੰਟੂ ਹੈ, ਬੇਈਮਾਨੀ ਕਰ ਗਿਆ ਤੇ ਫਿਰ। ਲਓ ਵੀ ਸੁਣੋ, ਮਾਮਾ ਜੀ ਦਾ ਫੈਸਲਾ ਸੁਣੋ, ਮਾਮਾ ਜੀ ਦਾ ਫੈਸਲਾ ਸੁਣੋ। ਮਾਮਾ ਜੀ ਦਾ ਫੈਸਲਾ ਇਹ ਕਿ ਤੂੰ ਪੱਠੀ ਲਾਈ ਜਾ। ਤੂੰ ਪੱਠੀ ਲਾਈ ਜਾ? ਔਰ ਪਹਿਲੇ ਪੂਰਾ ਫੈਸਲਾ ਤੇ ਸੁਣਨਾ, ਵਿਚੋਂ ਨਾ ਟੋਕ, ਵਿਚਾਰਾ ਟੋਕ, ਬਿਲਕੁਲ ਆਰਾਮ ਨਾਲ ਸੁਣ। ਤੂੰ ਪੱਠੀ ਲਾਈ ਜਾ ਤੇ ਤੂੰ ਪੱਠੀ ਟਾਈ ਜਾ। ਵੇਖ ਕੀ ਫੈਸਲਾ ਹੋਇਆ ਮਾਮਾ। ਖੂਨ ਦਾ ਬਦਲਾ ਖੂਨ, ਇਹੋ ਜੰਗੀਰ ਦਾ ਇਨਸਾਫ ਹੈ। ਸਾਡਾ ਖੇਜਰਾ ਉਹਨਾਂ ਨਾਲ ਮਿਲਦਾ ਜਾ ਕੇ, ਉਹਨਾਂ ਨਾਲ ਜਾ ਕੇ ਸਾਡਾ ਇਹੋ ਫੈਸਲਾ ਹੈ ਕਿ ਤੂੰ ਪੱਠੀ ਲਾਈ ਜਾ, ਤੂੰ ਪੱਠੀ ਟਾਈ ਜਾ। ਮੁੰਡਿਆ ਕੱਛੇ ਮਾਰ ਦਾ, ਤੂੰ ਲਾਈ ਜਾ ਤੇ ਟਾਈ ਜਾਵੇ, ਲਾ ਲਾ ਕੇ ਟਾਈ ਜਾਓ, ਟਾ ਟਾ ਕੇ ਲਾਈ ਜਾਓ। ਹੈ ਆ ਪੁੱਤਰ, ਚੱਲ ਪਿੱਤਰਾ ਮੂੰਹ ਮਾਮਾ ਤੇ ਇਹੋ ਜਿਹੇ ਫੈਸਲੇ ਦਾ। ਮਾਮਾ ਚੰਗਾ ਉਹ ਮਾਮਾ ਕਿੱਥੇ ਪਿਆ ਜਾਂਦਾ? ਆਦਮ ਨਾ ਗੱਲ ਕਰ, ਆਦਮ ਨਾ ਦੀ ਅਦਬਾ ਸੁਣਿਆ ਨੀ ਹੋਇਆ? ਬਾਦ ਬਾਮ ਰਾਤ, ਬਾਮ ਰਾਤ। ਏ ਮਾਮਾ ਜੀ ਤੇ ਬੇ ਅਦਬ। ਸਹਿਤੀ ਮਰਾਦ, ਸਹਿਤੀ ਮਰਾਦ। ਤੂੰ ਗੱਲ ਕਰ, ਮੇਰੇ ਕੋਲ ਟਾਈਮ ਨੀਗਾ, ਟਾਈਮ ਨੀਗਾ, ਮੇਰੇ ਕੋਲ ਠੀਕ ਨਾਲ ਗੱਲ ਕਰ। ਉਹ ਤੂੰ ਕਿਹੜਾ ਟੱਪਾ ਕਰਨਾ, ਤੇਰੇ ਕੋਲ ਟਾਈਮ ਨੀ ਹੈਗਾ, ਤੂੰ ਤੇ ਲੋਕਾਂ ਦੀਆਂ ਵਗਾਰਾ ਕਰਦਾ ਰਹਿੰਦਾ ਤੇ ਕਰਦੇ ਦਾ ਖਿਆਲ ਹੀ ਨਹੀਂ। ਓਏ ਨਾ ਕੋ ਸਾਡੀ ਕਰਦੀ, ਨਾ ਕਰਦਾ, ਨਾ ਬਾਹਰ ਦੀ, ਨਾ ਬਾਹਰ ਦਾ, ਤੂੰ ਗੱਲ ਕਰ, ਗੱਲ ਕਰ, ਗੱਲ ਕਰ ਤੂੰ। ਓਏ ਅਸੀਂ ਤਾਂ ਜੰਮੇ ਜਿਹੜੇ, ਅਸੀਂ ਜੰਮੇ ਖਿਦਮਤ ਦੀ ਖਲਕ ਵਾਸਤੇ। ਕਿਉਂ ਮੁੰਡਿਆ, ਖਿਦਮਤ ਦੀ ਖਲਕ ਵਾਸਤੇ ਜੰਮਿਆ ਤੇ ਤੂੰ ਗੱਲ ਕਰ, ਤੂੰ ਵੀ ਵਗਾਰ ਪਾ ਲੈ, ਵਗਾਰ ਪਾ ਲੈ। ਇਹ ਮਾਮਾ ਜੀ ਲਾਵਾਂ ਅਦਾਲਤ ਤੇ ਕੱਢਾਂ ਕਾਨੂੰਨ, ਡਕੇ ਰਹਿੰਦੇ ਨਾਲੇ ਅਦਾਲਤ ਚੁੱਕ ਕੇ ਰੱਖ ਮੀਟਿੰਗ ਲੱਗਦੀ। ਹਾਂ ਗੱਲ ਕਰ, ਗੱਲ ਕਰ ਦੋ। ਇਹ ਗੱਲ ਤੇ ਤਾਂ ਕਰਾਂ ਤਾਂ ਪੂਰੀ ਕਰਨੀ ਹੋਵੇ, ਔਰ ਤੇਰੇ ਲਾੜੇ ਤੇ ਮੁੰਡੇ ਰਹਿਣ ਕੁਆਰੇ। ਓਏ ਬੇਦ ਹੈ ਤੇ ਮੁੰਡੇ ਕੁਆਰੇ ਰਹਿ ਕੇ ਤਾਂ ਕਿਹੜੀ ਕਿਹੜੀ ਖੁਦਾਈ ਹੋ ਗਈ, ਕਿਹੜੀ ਖੁਦਾਈ ਹੋ ਗਈ। ਔਰ ਮੈਂ ਮੁੰਡਿਆਂ ਦਾ ਮਾਮਾ, ਆਪ ਕਲਮ ਖੁਦ ਹੁਣ ਤੱਕ ਕੁਆਰਾ ਲਗਾ ਫਿਰਨਾ, ਹੁਣ ਤੱਕ। ਪਰ ਮਾਮਾ ਮੈਨੂੰ ਕਿਦੋਂ ਖਾਰੇ ਚੜਾਣਾ ਹੀ? ਓਏ ਖਾਰੇ, ਓ ਤੂੰ ਖਾਰੇ ਪਾ ਕਹਿੰਦਾ, ਮੈਂ ਤੈਨੂੰ ਮਿੱਠੇ ਚੜਾ ਦਿਓ ਮਿੱਠੇ, ਪਰ ਮੈਂ ਤੈਨੂੰ ਖਾਰੇ ਕੰਧ ਨਾਲ ਚੜਾਵਾਂ? ਕੁੜੀ ਵੀ ਤਾਂ ਵੇਖ, ਪਹਿਲੇ ਕੁੜੀ ਵੇਖ। ਓਏ ਵੇਖੀ ਹੋਈਏ, ਵੇਖੀ ਹੋਈਏ। ਓ ਬੇਦ ਹੈ ਤੇ ਮੇਰੇ ਤੋਂ ਬਗੈਰ ਹੀ ਵੇਖ ਲਈ ਹੋਆ? ਹੈ ਪਹਿਲੇ ਮਾਮੇ ਰਣ, ਹਾਂ ਮਾਮੇ ਰਣ। ਕਿਹੜੀ ਕੁੜੀ? ਓ ਕੁੜੀ ਓ ਲਾਲੀ, ਲਾਲੀ ਉਹ ਦਾਰੇ ਇਹਨਾਂ ਦੀ, ਇਹਨਾਂ ਦੀ। ਉਹ ਤਾਂ ਗੱਲ ਪੱਕੀ ਸਮੇਂ, ਪੱਕੀ ਸਮੇਂ ਤੂੰ, ਮੈਂ ਹੁਣੇ ਜਾਣਾ ਜਾ ਕੇ ਦਾਰ ਨਾਲ ਫੈਸਲਾ ਕਰਨਾ ਤੇ ਤੂੰ ਤੂੰ ਇੱਥੇ ਕਰੋ ਹੈ। ਉਹ ਕਿਤੇ ਦਾਰੇ ਵੱਲ ਜਾਂਦਾ ਜਾਂਦਾ ਕਿਧਰੇ ਹੋਰ ਨਾ ਚਲਾ ਜਾਈ, ਜਿੰਨਾ ਚਿਰ ਤੂੰ ਨਹੀਂ ਆਉਂਦਾ ਤੇਰੀ ਅਦਾਲਤ ਮੇਰੇ ਕੋਲ ਗਰਾਉ ਰਹਿ ਗਈ। ਗਰਾਉ? ਚੱਲ ਗਰਾਉ ਸੀ, ਗਰਾਉ ਸਹੀ, ਗਰਾਉ ਸਹੀ। ਮਾਮਾ ਛੇਤੀ ਆਈ ਕਿਧਰੇ ਅਦਾਲਤ ਨਾਲ ਜ਼ਿਲ੍ਹਾ ਵੀ ਗਰਾਉ ਨਾ ਪਿਆ ਰਵੇ। ਸਾਲਾ ਸਾਲਾ ਛੁਰੀ ਤੇਰੇ ਸਾਲਾ ਤੂੰ, ਮੈਂ ਕਿਹਾ ਇਹ ਅਦਾਲਤ ਤੇ ਜ਼ਿਲ੍ਹਾ ਤੇਰੇ ਕੋਲ ਗਰਾਉ ਹੈ, ਤੇ ਹਾਈ ਕੋਰਟ ਦਾ ਵੀ ਧਿਆਨ ਰੱਖੀ ਹੈ। ਮੈਂ ਚਾਚਾ ਕਿ ਤੂੰ ਵਾਨ ਵਟਣਾ ਛੱਡ ਦੇ ਤੇ ਪੇਡੂਆਂ ਨੂੰ ਮਹਿੰਦੀਆਂ ਲਾਣੀਆਂ ਸ਼ੁਰੂ ਕਰ ਦੇ। ਓਏ ਤੂੰ ਨਿਕਿਆ ਬੜਾ ਚਲਾ ਗਿਆ। ਆਹੋ ਆਹੋ, ਤੇ ਬੰਦਿਆਂ ਨੂੰ ਬਸਮਾ ਲਾਣਾ ਸ਼ੁਰੂ ਕਰ ਦੇ ਬਸਮਾ। ਹੈ ਜੂੰਦੀ ਰਹੋ ਮਾਮਾ ਜੀ, ਫਿਰ ਤੇਰੇ ਪੱਕੀ ਗਾਤ, ਪੱਕੀ ਗਾਤ ਤੇ। ਓਏ ਆ ਵੀ ਮਾਮਾ ਤੂੰ ਕਿੱਥੋਂ ਡਿੱਗ ਪਿਆ? ਮਾਮਾ ਜੀ ਡਿੱਗਣ ਕੇ ਵੀ ਤੇ ਪੈਰਾ ਪਰ, ਪੈਰਾ ਪਰ। ਹੈ ਕਾਨੂੰਨੀ ਬੰਦੇ ਨੇ ਜਦੋਂ ਮਾਰ ਮਾਰਨਗੇ, ਕਾਨੂੰਨ ਦੀ ਮਾਰ ਮਾਰਨਗੇ। ਇਹ ਤੂੰ ਦੱਸ ਖਾਣੀ ਕਿ ਨਹੀਂ? ਉਹ ਪਰ ਆਇਆ ਕੀ ਕੂਏ ਤੂੰ? ਇਹ ਵੀ ਦੱਸਣਾ ਤੂੰ ਕਿਹੜੀ ਵਾਰੀ ਦਾ ਆਇਆ ਵਾ? ਮੈਂ ਤੇਰੇ ਵੱਲ, ਤੇਰੇ ਵੱਲ ਤੇ ਤੇਰੇ ਵੱਲ ਹੋ ਕੇ ਜਾਣਾ ਮੈਂ ਸ਼ਮੇ ਵੱਲ, ਸ਼ਮੇ ਵੱਲ। ਹੈ ਤੇ ਸਾਡੇ ਨਾਲ ਦੋਹਰਫੀ ਗੱਲ ਮੁਕਾ ਲਿਆ, ਸਾਨੂੰ ਪਤਾ ਨਹੀਂ ਕਿੰਨੀਆਂ ਕੁ ਅਦਾਲਤਾਂ ਉਡੀਕ ਗਈਆਂ ਹੋਣੀਆਂ ਤੁਹਾਨੂੰ। ਪਰ ਕਿਹੜੀ ਗੱਲ? ਉਹ ਸ਼ਮਾ ਨਾ ਆਪਣਾ, ਸ਼ਮਾ ਸ਼ਮਾ ਸ਼ਮਾ, ਸੋਨਾ ਹੀ ਸੋਨਾ, ਸੋਨਾ ਅਸਲੀ ਰੋਲਡ ਗੋਲਡ ਦਾ, ਸਮਝਿਆ? ਤੇ ਜਵਾਨ ਵੀ ਇਹੋ ਜਿਹਾ ਕਿ ਅੱਡੀ ਮਾਰ ਤੇ ਜ਼ਮੀਨ 'ਚੋਂ ਪਾਣੀ ਕੱਢਦੇ, ਪਾਣੀ ਕੱਢਦੇ। ਉਹ ਵੱਖਰੀ ਗੱਲ ਹੈ ਕਿ ਅੱਜ ਕੱਲ੍ਹ ਉਹਦੀ ਅੱਡੀ ਦੁਖਦੀ ਹੈ, ਨਹੀਂ ਤਾਂ 100 ਪਿੰਡ ਪਾਣੀ ਪਾਣੀ ਕਰ ਦਿੰਦਾ।
ਗੱਲ ਨਾ ਕਿਸੇ ਕੀ ਕਰੀ, ਪਿਛਲਾ ਸਲਾਬ ਆਇਆ ਸੀ ਨਾ ਸਲਾਬ, ਇਸੇ ਨੇ ਅੱਡੀ ਮਾਰੀ ਸੀ। ਹਾਂ ਤੇ ਤੂੰ ਲਾਲੀ ਦਾ ਵਿਆਹ ਸ਼ਮੇ ਨਾਲ ਕਰਦੇ, ਸ਼ਮੇ ਨਾਲ ਉਸ ਲੁੱਚੇ ਲਫੰਗੇ ਨਾਲ ਲਾਲੀ ਨੂੰ ਵਿਆਹ ਦਿਆਂ ਜਿਹਨੂੰ ਪਿੰਡ ਦੀ ਧੀ ਭੈਣ ਦੀ ਇੱਜ਼ਤ ਦਾ ਖਿਆਲ ਨਹੀਂ। ਤੈਨੂੰ ਇਹ ਗੱਲ ਕਰਦੇ ਸ਼ਰਮ ਨਹੀਂ ਆਈ? ਆਉਂਦੀ ਆਉਂਦੀ ਮੁੜ ਗਈ ਮੁੜ ਕੇ ਕਦੀ ਸ਼ਮੇ ਦਾ ਨਾਮ ਮੇਰੇ ਅੱਗੇ ਨਾ ਲਈ। ਕਾਨੂੰਨ ਤੇ ਮੇਰਾ ਵੀ ਇਹੋ ਕਹਿੰਦਾ ਸੀ ਕਿ ਲਾਲੀ ਦਾ ਵਿਆਹ ਸ਼ਮੇ ਨਾਲ ਨਹੀਂ ਹੋਣਾ ਚਾਹੀਦਾ, ਪਰ ਮੈਂ ਸੋਚਿਆ ਕਿ ਆ ਕੀ ਕੁਝ ਬੇਕਾਨੂੰਨੀ ਕਰਕੇ ਵੇਖੋ। ਪਰ ਤੂੰ ਲਾਲੀ ਦਾ ਵਿਆਹ ਸ਼ਮੇ ਨਾਲ ਬਿਲਕੁਲ ਨਾ ਕਰੀ। ਉਹ ਤੋਤਾ ਚਸ਼ਮੇ, ਉਹਦੀ ਅੱਖ ਵਿੱਚ ਸੂਰ ਦਾ ਵਾਲ ਏ, ਬਲਕਿ ਸੂਰ ਦੀ ਅੱਖ ਸ਼ਮੇ ਦਾ ਵਾਲ ਏ। ਉਹ ਮਾਮਾ ਬਟਨ ਤੇ ਬੰਦ ਕਰ, ਤੂੰ ਬੜਾ ਸ਼ਰਾਰਤੀ ਹੈ। ਮੈਂ ਕਹਿੰਦਾ ਰਿਹਾ ਇਹ ਮੁੰਡਾ ਤੇਰਾ ਇੱਕ ਸ਼ਹਿ ਨਿਕਲੇਗਾ, ਇੱਕ ਚੀਜ਼ ਨਿਕਲੇਗਾ। ਮੈਂ ਕਿਹਾ ਪੇਡੂ ਬੜਾ ਸ਼ਿੰਗਾਰਿਆ ਜੀ, ਕੀ ਗੱਲ? ਇਸ ਪੇਡੂ ਦੀਆਂ ਸ਼ਮੇ ਦੇ ਪੇਡੂ ਦੇ ਨਾਲ ਟੱਕਰਾਂ ਨੇ। ਓ ਵਾ 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 ਵਾ, ਫਿਰ ਤਾਂ ਮਜ਼ਾ ਆ ਜਾਏਗਾ। ਲਓ ਫਿਰ ਟੱਕਰਾਂ ਤੁਹਾਡੀਆਂ ਤੇ ਮੁਨਸਫੀਆਂ ਸਾਡੀਆਂ, ਵੇਖਦੇ ਜਾਣਾ ਬੰਦਾ ਕੀ ਹੈ। ਉਹ ਅਦਾਲਤ ਲਾਣੀ ਹੈ, ਉਹ ਅਦਾਲਤ ਲਾਣੀ ਹੈ ਕਿ ਲੋਕਾਂ ਨੂੰ ਹਸ਼ਰ ਦਿਹਾੜੇ ਤੱਕ ਨਾ ਭੁੱਲੇ, ਬਿਲਕੁਲ ਨਾ ਭੁੱਲੇ। ਹੈ ਆ ਤੇ ਲੈ ਮਾਮੇ ਹੋਰੀ ਚੱਲੇ ਨੂੰ ਫਿਰ ਜੀ ਗਿਆਨ ਆ ਤੇ ਬੈਠੇ ਪੁੱਤਰ ਬੈਠ। ਚਾਚਾ ਮਾਮਾ ਕੀ ਸ਼ਾਇ ਨਹੀਂ ਸ਼ਾਇ ਕੀ ਹੈ, ਆਉਂਦੇ ਸਾਲ ਪਾਗਲਖਾਨੇ ਹੋਏਗਾ। ਉਹ ਤੈਨੂੰ ਕਿੰਨੀ ਵਾਰੀ ਕਿਹਾ ਵੱਡਿਆਂ ਨੂੰ ਟਿਕਲਾ ਨਾ ਕਰਿਆ ਕਰ, ਬੇਹਦੈ ਤੇ ਆ। ਉਹ ਬੇਹਦੈ ਪਿਆ, ਸਾਨੂੰ ਵੀ ਵਾਰੀ ਲਵਾ। ਅੱਲਾ ਪੀ ਤਮਾਕੂ, ਤੇਰੀ ਵੀ ਚਰਬੀ ਟਲੇ ਥੋੜੀ ਜਿਹੀ। ਉਹ ਸ਼ਮਿਆ ਮਾਮੇ ਹੋਰੀ ਆ ਗਏ ਨੇ। ਉਹ ਮਾਮਾ ਆ ਗਿਆ। ਓਏ ਓ ਦੇ ਦੇਠੋ ਨਾ ਮੁਕਮਲੋ, ਤੁਹਾਡਾ ਕੱਖ ਨਾ ਜਾਏ। ਓਏ ਆ ਕੀ ਕੀਤਾ ਜੀ, ਅਦਾਲਤ ਪੁੰਜੇ ਵਿਛਾ ਕੇ ਆਪ ਉੱਤੇ ਬੈਠੇ ਹੋ? ਓਏ ਮੈਂ ਕਦੀ ਮਾਫ ਨਹੀਂ ਕਰਾਂਗਾ ਤੁਹਾਨੂੰ, ਕਾਨੂੰਨ ਦੀ ਮਾਰ ਮਾਰਾਂਗਾ ਤੁਹਾਨੂੰ, ਮੈਂ ਤੁਹਾਨੂੰ ਦੱਸਦੀ ਆ। ਓ ਮਾਮਾ ਮੇਰੀ ਗੱਲ ਦਾ ਕੀ ਕੀਤਾ ਜੀ? ਕਿਹੜੀ ਗੱਲ? ਉਹ ਸਰਸਾਮ ਹੋ ਗਈ, ਫੱਟ ਭੁੱਲ ਗਿਆ। ਉਹ ਤੂੰ ਤੇ ਮੇਰੇ ਵਿਆਹ ਦੀ ਗੱਲ ਕਰਨ ਗਿਆ ਸੈਂ। ਓ ਵਿਆਹ ਦੀ ਗੱਲ ਪੱਕੀ ਹੋ ਗਈ? ਪੱਕੀ ਤੇ ਤੂੰ ਤਿਆਰੀ ਕਰ। ਪੱਕੀ ਹੋ ਗਈ ਹੈ? ਪੱਕੀ। ਪਰ ਮਾਮਾ ਤੂੰ ਤੇ ਪੱਕੀ ਕਰ ਆਇਆ? ਹਾਂ। ਉਹ ਲਾਲੀ ਤੇ ਬਾਹੂ ਦੇ ਪੌਦਿਆਂ 'ਚ ਫਸੀ ਹੋਈ ਹੂੰ। ਬਾਹੂ ਦੇ ਪੌਦਿਆਂ 'ਚ ਫਸੀ? ਆਹੋ। ਅਸੀਂ ਬਾਹੂ ਦੀ ਟਿੰਡ ਕਰਾ ਦੇਵਾਂਗੇ, ਟਿੰਡ ਨਾ ਬੋਦੇ ਰਹਿਣਗੇ ਨਾ ਕੁੜੀ ਫਸੇਗੀ, ਠੀਕ ਹੈ ਨਾ? ਤੇ ਫਿਰ ਵੀ ਫਸੀ ਰਹਿ ਗਈ ਤਾਂ ਤਿਲਕ ਜਾਏਗੀ। ਤੇ ਤੂੰ ਇਸ ਤਰ੍ਹਾਂ ਕਰ, ਤੂੰ ਤਿਆਰੀ ਕਰ ਤੇ ਉਹਨੂੰ ਬਾਹੂ ਨਾਲ ਪਿਆਰ ਦੀਆਂ ਗੱਲਾਂ ਕਰਦੇ। ਹੈਂ? ਗੱਲਾਂ ਕਰਦੇ। ਡਾ ਡਾ ਲਿੰਗ ਲਿੰਗ ਡਾਰਲਿੰਗ ਮੈਂ ਨਹੀਂ ਕਹਿੰਦੀ। ਨਹੀਂ ਕਹਿੰਦੀ? ਨਹੀਂ ਨਹੀਂ। ਜਾ ਫਿਰ ਇੱਥੋਂ ਚਲੀ ਜਾ, ਮੇਰੇ ਨਾਲ ਕਲਾਮ ਨਾ ਕਰੀ। ਕਲਾਮ ਨਾ ਕਰੀ? ਵੱਡਾ ਵਿਚਾਰਾ ਤੋੜੇ ਕਿੰਨੇ ਕਰਦਾ ਪਤਾ ਤੂੰ? ਨਾ ਜ਼ਰਾ ਕੁ ਮੈਂ ਮੂੰਹ ਵੱਟ ਕੇ ਬੈਠ ਜਾਵਾਂ ਤੇ ਤੜਫਣ ਲੱਗ ਪੈਂਦੀ ਹੈ। ਅੱਛਾ ਭਲਾ ਕਹੋ ਵੀ? ਨਹੀਂ ਕਹਿੰਦਾ। ਅੜੇ ਕਹੋ ਵੀ ਨਹੀਂ ਤੇ ਮੈਂ ਰੋਣ ਲੱਗ ਪਵਾਂਗੀ। Darling, darling, I love you. I love you. I love you. You love me. You love me. ਸਾਡੇ ਵੱਲ ਤੱਕ ਤੇਰਾ ਜਾਂਦਾ ਹੈ ਕੀ? ਸਾਡੇ ਵੱਲ ਤੱਕ ਤੇਰਾ ਜਾਂਦਾ ਹੈ ਕੀ? ਬੁੱਕ ਨਹੀਂ ਲੱਭਦਾ ਪਿਆਲੇ ਵਿੱਚ ਪੀ, ਬੁੱਕ ਨਹੀਂ ਲੱਭਦਾ ਪਿਆਲੇ ਵਿੱਚ ਪੀ। ਕੀ ਪਿਓ ਦੇ ਟੀਨ ਤੈਨੂੰ ਚਾਰ ਲੱਕ ਦਿਆਂਗਾ, ਨਾਲ ਤੈਨੂੰ ਅੰਬ ਦਾ ਚਾਰ ਲੱਕ ਦਿਆਂਗਾ। ਟੀਨ ਤੈਨੂੰ ਚਾਰ ਲੱਕ ਦਿਆਂਗਾ, ਨਾਲ ਤੈਨੂੰ ਅੰਬ ਦਾ ਚਾਰ ਲੱਕ ਦਿਆਂਗਾ। ਨਗਦ ਜੇ ਨਾ ਮਿਲਿਆ ਤੇ ਉਧਾਰ ਲੈ ਕੇ ਦਿਆਂਗਾ, ਨਗਦ ਜੇ ਨਾ ਮਿਲਿਆ ਤੇ ਉਧਾਰ ਲੈ ਕੇ ਦਿਆਂਗਾ, ਉਧਾਰ ਲੈ ਕੇ ਦਿਆਂਗਾ। ਹੋਰ ਦੱਸ ਸਾਡੇ ਕੋਲੋਂ ਮੰਗਣੀ ਕੀ? ਸਾਡੇ ਵੱਲ ਤੱਕ ਫੇਰਾ ਜਾਂਦਾ ਹੈ ਕੀ? ਸਾਡੇ ਵੱਲ ਤੱਕ ਫੇਰਾ ਜਾਂਦਾ ਹੈ ਕੀ? ਬੜੀਆਂ ਪਾਪੜ ਵੇਲ, ਤੇਰਾ ਮੇਰਾ ਹੋ ਗਿਆ ਮੇਲ,
ਬੜੀਆਂ ਪਾਪੜ ਵੇਲ ਤੇਰਾ ਮੇਰਾ ਹੋ ਗਿਆ ਮੇਲ ਲੈ ਹਮਸਾਇਆਂ ਦੀ ਵੇਲ 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 ਹਮਸਾਇਆਂ ਦੀ ਵੇਲ ਜਿਹਦੀ ਵੇਲ ਵਧੇ ਉਹਦੀ ਜਦ ਵਧੇ ਤੇ ਅੱਗੋਂ ਪਤਾ ਨੀ ਕੀ ਕਹਿੰਦੇ ਨੇ ਭੁੱਲ ਗਿਆ ਮੈਂ ਜੋੜ ਕੇ ਦੱਸਾਂਗਾ ਲੈ ਹਮਸਾਇਆਂ ਦੀ ਵੇਲ ਚੱਲ ਚੱਲੀਏ ਈਸਾ ਖੇਲ ਲੈ ਹਮਸਾਇਆਂ ਦੀ ਵੇਲ ਚੱਲ ਚੱਲੀਏ ਈਸਾ ਖੇਲ ਉੱਥੇ ਚੱਲਦੀ ਏ ਛੋਟੀ ਰੇਲ ਉੱਥੇ ਚੱਲਦੀ ਏ ਛੋਟੀ ਰੇਲ ਚਿਕ 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 ਛੀਆ ਸਾਡੇ ਵੱਲ ਤੱਕ ਤੇਰਾ ਜਾਂਦਾ ਏ ਕੀ ਸਾਡੇ ਵੱਲ ਤੱਕ ਤੇਰਾ ਜਾਂਦਾ ਏ ਕੀ ਹੌਲੀ ਹੌਲੀ ਬੋਲ ਮੈਂ ਕੋਈ ਬੋਲਾ ਤੇ ਨਹੀਂ ਹੌਲੀ ਹੌਲੀ ਬੋਲ ਮੈਂ ਕੋਈ ਬੋਲਾ ਤੇ ਨਹੀਂ ਆਈ ਲਵ ਯੂ ਲਵ ਮੀ ਹੌਲੀ ਹੌਲੀ ਬੋਲ ਮੈਂ ਕੋਈ ਬੋਲਾ ਤੇ ਨਹੀਂ ਜ਼ਰਾ ਸਾਡੇ ਵੱਲ ਤੱਕ ਤੇਰਾ ਜਾਂਦਾ ਏ ਕੀ ਨੀ ਬੋਲੀਏ ਇਹ ਚੁੱਪ ਕਰਕੇ ਆ ਕੇ ਬਹਿ ਗਈ ਹੈ ਕੁਝ ਗੱਲ ਕਰ ਤੇਰੇ ਨਾਲ ਕੀ ਗੱਲ ਕਰਾਂ ਮੈਂ ਚੂੜੀ ਦੀ ਗੱਲ ਕਰਾਂਗੀ ਤੇ ਤੂੰ ਤੂੜੀ ਸਮਝੇਗਾ ਫੂੜੀ ਉਹ ਫੂੜੀ ਵਿੱਚ ਸਾਡੇ ਦੁਸ਼ਮਣਾਂ ਦੀ ਅਜੇ ਤੇ ਸਾਡਾ ਦੋਵਾਂ ਦਾ ਵਿਆਹ ਹੋਣਾ ਹੈ ਰਾਜਾ ਕੀ ਆਏਗੀ ਬਰਾਤ ਰੰਗੀਲੀ ਹੋਗੀ ਰਾਤ ਮਗਰ ਤੂੰ ਨਾਚੇਂਗੀ ਤੇਰੇ ਕੰਨਾਂ ਦਾ ਲਾਜ ਨਹੀਂ ਹੋ ਸਕਦਾ ਰਿਵਾਜ ਰਿਵਾਜ ਤੇ ਮੈਂ ਆਪਣਾ ਸ਼ਹਿਰ ਦਾ ਹੀ ਕਰਨਾ ਤੂੰ ਭਾਵਾਂ ਪਿੰਡ ਦਾ ਰਿਵਾਜ ਕਰ ਲਈ ਪਰ ਜੰਜ ਨੂੰ ਰੋਟੀ ਮੇਜ਼ ਕੁਰਸੀਆਂ ਤੇ ਖਵਾਣੀ ਪਵੇਗੀ ਤੇ ਪਾਣੀ ਸ਼ੀਸ਼ੇ ਦੇ ਗਲਾਸਾਂ ਵਿੱਚ ਸੜ ਗਿਆ ਮੇਰੇ ਨਸੀਬ ਗਰੀਬ ਇਹਦੇ ਵਿੱਚ ਗਰੀਬ ਤੇ ਅਮੀਰ ਦਾ ਕੀ ਸਵਾਲ ਹੋਇਆ ਦੇਖਾਂ ਨੋਰਾ ਕਰ ਤੂੰ ਮੇਰੇ ਨਸੀਬਾਂ ਵਿੱਚ ਕਿੱਥੋਂ ਲਿਖਿਆ ਸੈ ਆਏ ਹਾਲੀ ਬੋਲ ਮੈਂ ਕੋਈ ਬੋਲਾ ਤੇ ਨਹੀਂ ਨਾ ਸ਼ੁਕਰੀ ਕਿਉਂ ਹੁੰਦੀ ਹੈ ਰੱਬ ਕੋਲੋਂ ਡਰ ਡਰ ਵੀ ਆਉਂਦਾ ਹੈ ਮੇਰਾ ਚਾਚਾ ਤੇ ਮੰਨ ਜਾਏਗਾ ਪਰ ਤੇਰੇ ਘਰ ਵਾਲੇ ਨਹੀਂ ਮੰਨਣ ਲੱਗੇ ਉਹ ਕਿਸ ਤਰ੍ਹਾਂ ਇੱਕ ਗਰੀਬ ਜੱਗੇ ਵਾਲੇ ਨੂੰ ਆਪਣੀ ਨੂੰ ਬਣਾ ਲੈਣਗੇ ਮੇਰਾ ਪਿਓ ਹੀ ਨਹੀਂ ਲਾਲੀ ਮੇਰਾ ਯਾਰ ਵੀ ਹੈ ਮੇਰੀ ਖੁਸ਼ੀ ਲਈ ਉਹ ਨੀਵਾਂ ਵੀ ਹੋ ਜਾਏਗਾ ਪਰ ਤੇਰੀ ਮਾਂ ਮਾਂ ਨੂੰ ਮਨਾਉਣਾ ਕਿਹੜਾ ਮੁਸ਼ਕਿਲ ਹੈ ਵੇਖੀ ਬਹੂ ਕਿਤੇ ਗਰੀਬ ਜੱਗੇ ਵਾਲੀ ਨੂੰ ਤੇਰੇ ਉੱਚੀਆਂ ਬੰਗਲਿਆਂ ਨਾਲ ਟੱਕਰਾ ਮਾਰ ਮਾਰ ਕੇ ਨਾ ਮਰਨਾ ਪੈ ਜਾਵੇ ਲਾਲੀ ਦੇਖੋ ਬਾਉ ਤੂੰ ਅੱਜ ਹੀ ਇੱਥੋਂ ਚਲਾ ਜਾ ਤੇਰੇ ਲਈ ਚੰਗਾਈ ਚੱਲਦੀਆਂ ਨੇ ਟਕੋਰੀਆਂ ਲੈ ਉਹ ਪਹਿਲਾਂ ਬੰਦੂਕ ਫੜਨੀ ਤੇ ਸਿੱਖ ਲੈ ਫਿਰ ਚਲਾਉਣੀ ਵੀ ਸਿੱਖ ਲਈ ਖਾਣ ਦੀ ਜਾਂਚ ਨਹੀਂ ਤੇ ਪਕਾਉਣ ਦੀ ਕੱਲ ਹੀ ਰਹਿਣ ਦੇ ਚੂੜੀ ਮਾਰਾ ਮੈਂ ਨਹੀਂ ਸਿੱਖਦੀ ਫੇਰ ਸਹੀ ਫੇਰ ਸ਼ੇਰ ਨਹੀਂ ਸ਼ੇਰ ਤੇ ਸੱਚੀ ਗੱਲ ਹੈ ਮੈਂ ਕਦੀ ਨਹੀਂ ਮਾਰਿਆ ਇੱਕ ਵਾਰੀ ਮੈਂ ਹਾਥੀ ਮਾਰਨ ਲੱਗਾ ਸਾਂ ਤੇ ਉਹ ਵਿਚਾਰਾ ਰੋ ਪਿਆ ਮੈਨੂੰ ਆ ਗਿਆ ਤਰਸ ਮੈਂ ਉਹਨੂੰ ਛੱਡ ਦਿੱਤਾ ਤੇ ਮਾਫ ਕਰ ਦਿੱਤਾ ਰਹਿਣ ਦੇ ਪਿਓ ਨਾ ਮਾਰੀ ਪਿੱਦੜੀ ਤੇ ਪੁੱਤਰ ਤੀਰੰਦਾਜ਼ ਓਏ ਹੌਲੀ ਗੱਲ ਕਰੀ ਸ਼ਿਕਾਰ ਆ ਗਿਆ ਚੁੱਪ ਲੈ ਆ ਤਾਂ ਯੱਕਾ ਹੀ ਯੱਕਾ ਨਾ ਕਰ ਚੁੱਪ ਹੋ ਜਾ ਲੈ ਆ ਤਾਂ ਯੱਕਾ ਹੀ ਆਵੇ ਆਹੋ ਲੱਗਦਾ ਤੇ ਯੱਕਾ ਹੀ
पर ये कौन बैठे हुए ने? ये तो मैनू डाकू लगते ने। हाँ हाँ जरा तकी है। मेरी पोटी ए टोपी वापस मोड़ा अला
मुलाकात वे होए बने ना कहानी किते साड़ी मुलाकात वे तेरे उच्चे बंगले ते मेरी नीवी जात वे जी मेरी नीवी जात वे तेरे उच्चे बंगले ते मेरी नीवी जात वे जी मेरी नीवी जात वे मैंने ओ चन्ना तेरे जोड़ दिते मेहंदी वाले मैंने ओ चन्ना तेरे जोड़ दिते मेहंदी वाले हाथ जोड़ दी वे हाथ जोड़ दी ओए मेहंदी वाले हाथ जोड़ दी वे हाथ जोड़ दी हाथ जोड़ दी वे हाथ जोड़ दी तेरे नाल हस के मैं एवें गई फस ले है तेरे नाल हस के मैं एवें गई फस ले हाथ जोड़ दी वे हाथ जोड़ दी हाण दिया मुंडिया वे अखियां तो गुंडिया हाण दिया मुंडिया वे अखियां तो गुंडिया चूड़े वाली बाना मरोड़ मेहंदी वाले हाथ जोड़ दी वे हाथ जोड़ दी ओए मेहंदी वाले हाथ जोड़ दी वे हाथ जोड़ दी ओ हाथ जोड़ दी हाय हाथ जोड़ दी ओ हाथ जोड़ दी ए ना भाई मुड़ियो ते कुड़ियो ओ बुढ़ियो ते जवानो ओ सुक्यो ते पुलवानो पुलवानो ओए अन्नेओ ते सुजाख्यो लूलेओ ते लंगड़ेओ ते गंजेओ ते काणेओ ओ हुण ए देखो खलकत खुदा दी मुल्क तुहाडा ते हुक्म मामा जी दा ए हुण मैं देखो जिहड़े वड्डे ने उहनां नूं याद करो ते बच्चा लोग ताली बजा दरा ए हुण मामे उरी छड़न लगे ने हुण मामे उरी छड़न लगे ने की छड़न लगे ने की छड़न लगे ने हुण मामे उरी छड़न लगे भेडू ओए भेडू शमया कड अपनी भेड नु बाहर ओए बोलिया न्योलिया भेडू कहंदे आ शर्म आंदी यू ओए गरम गुरम कोई नहीं ठंडा हैगा बाहर कड शमया भेडू दारे दा जीतेगा ओए जे दारे दा भेडू जीत गया ते शमा पिंड छड़ जाएगा पिंड छड़ जाएगा मैं कहना भेडू दारे दा जीतेगा ओए लगी तो दसा लगी पई पई सा ओए दार दार लगी रही लगी रही लगी रही नहीं लगी रही नहीं मामा जी को जमा कराओ ओ मामा लग गई अच्छा लग गई लग गई लग गई लग गई ए लाओ भाई 1000 रुपया एक 1000 रुपया दो 1000 रुपया तीन ते अदालत हुक्म कर लगी दे उन्हें ए वैन टू थ्रू बैठन ने ओलिया ए चुप 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 मामा जी दा फैसला सुनो दारे दा पेडू जीत गया अब मामा दारे दा पेडू किसा जीत गया इन्हां ने पेडू नु खप्पा के नसाया टकरां फेर होण गियां पर पेडूआं दी नहीं तेरियां मेरियां ओ किस तरह काडो मेरी शर्त ओ चल ओए ओए डेले की कान है ए बहू शो कुछ नहीं हुंदे भैन नु वागा पा के रख नहीं ते बहू ना नर जाएगी की आखिया नूरा मर गया नूरा अबा मेरा निके ने सिर पार दिता निके ने सिर पार दिता निके ने सिर पार दिता मैं हुणे ओदे पियो कोल जाला सिर पार दिता
ओ चाचा तू निके पिछे चले रूह वाले ट्रक च बह के लाहौर टुर गई। लाहौर टुर गया? आहो तो मैं हूं ही प्यू ना चल के निबड़ लेना। निके दे कारे जे मेरे पुत्र नु कुछ हो गया मैं का बदला सत्ता पुश्ता तक नहीं छड़ांगा दारिया। उन्हें घर आ लैन दे मैं उसकी हड्डी बोटी एक कर देंगा। उन्हें घर कितों होना वो तो रूम वाले ट्रक से बह के शहर चला गया। शहर चला गया किधरे किधरे चोरियां ना करने लग पावे। हुए सिर की लाज तेरे हाथ छपिया मैं सारी हयाती तेरा दिता नहीं भुला। चोर 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 छपिया हूं की बनेगा। तू फिक्र ना कर चाचा मैं इन्होंने हमें टाल के आया। क्यों भाई छमया कोई डाकू तो नहीं है तुरंत लंघता वेख्या? यार मैं सुत्या पे घोड़े की दबड़ दबड़ सुनी ते हड़बड़ा के उठिया इंज लगता को इधर नू गया है। इधर नू चंगा चलो चलो दौड़ा। की होया शम्या? तू फिक्र ना कर चाचा मैं सब नू टाल आया। शम्मा तेरा है भेत अपने नाल कबरी च लैके जाएगा। तू अज भी अपने आप नू नहीं दारा समझ। खूब चक्कर दिता ही लोगों को चाचा लोगों की नाल कर दिया भी। शम्या दुनिया समझती है कि दारा अन्न है पर उन्होंने की पता है कि दुनिया आप अन्नी है। लै बई मैं भी तो तेन अन्ना ही समझता सा। इतने परसों पता लगा कि तू बड़ा वड्डा डाकू है। शम्या कंधा भी कन्न होंगे ने खुशियां गल् इतने ना कर। माफ करी चाचा मैं चेता ही नहीं सी रहा सच मैं तेरे गल करनी सी। खैर की गल है? गल तो खैर की है जे कवे तो दस दे। आहो दस दे। मैं तेरे को लाली दे रिश्ते वास्ते आया। लाली दे रिश्ते वास्ते? तैनू पसंद नहीं तो ना सही मैं तेरे ते को दबाव पाने तेरा साडा ते चक्कर ही हो रे। तू लाली नू पावे मेरे नाल व्याह ते पावे ना व्याह तेरा भेत भेत ही रहेगा। लोकी तैनू अन्ना ही दारा समझणगे। किसी पता नहीं लगेगा कि तू डाकू है। तू जिमीदार का खून किया तू कई सुहागना रड़िया तो मासूमन यतीम बनाया। शम्मा शम्मा तेरा भेत अपने नाल लैके मरेगा चाचा। इस भेत में भेत ही रहना चाहिए जे भेत खुल गया तो लोग मेरी औलाद में थू थू करेंगे। मैं इस भेत में लुकाने लिए लाली को तेरे नाल व्याह देंगा। सच मैं इस तरह करना पड़ेगा तो मैं तैयारियां करना है। कर ले तैयारियां कर ले तैयारियां। असलम असलम तू दो दिन लिए आया सैं ते इथे लाते नहीं दो महीने। मैं अजे नहीं जा सकता अब्बा जी। तू अजे नहीं जा सकता क्यों? मैंने इथे काम है। उथे तेरी मां बीमारी नाल मरण डई है ते तन इथे काम है। जे मैं तेरे बगैर चला गया ते तेरी मां दियां खुलियां अखां खुलियां ही रह जाणगियां। गड्डी दे च सिर्फ दो कहते ने छेती ना तैयार हो जा पुत्र। की कहते सन खां हो रही? खां रही कहते ने मां बीमार है ते लाहौर चलिए। आओ तो ठीक ते कहते ने। ओए पागला जे तेरी मां मर गई
ਤੇ ਤੈਨੂੰ ਆਪਣੇ ਵਿਆਹ ਦੇ ਨਾਲ ਆਪਣੇ ਪਿਓ ਦਾ ਵੀ ਵਿਆਹ ਕਰਾਉਣਾ ਪਏਗਾ। ਚੁੱਪ ਕਰ ਰਹੇ ਓਏ, ਮਾਰਨਾ ਕਿਉਂ ਹੈ? ਮੇਰੇ ਦਿਲ ਤੇ ਛੁਰੀਆਂ ਚੱਲਦੀਆਂ ਨੇ ਤੇ ਤੈਨੂੰ ਆਸਾ ਸੋਚਦਾ? ਓਏ ਪਾਸਾ ਨਹੀਂ ਦੁਖਦਾ, ਇਹੋ ਜਿਹੀਆਂ ਚੁਪੜਿਆਂ ਨਾਲ ਸਾਡਾ ਕੁਝ ਨਹੀਂ ਵਿਗੜਦਾ। ਮੈਂ ਕਹਿੰਦਾ ਫਟਾਫਟ ਤਿਆਰ ਹੋ ਜਾ, ਖਾਂ ਹੋਰਾਂ ਦਾ ਆਰਡਰ ਹੈ, ਚੱਲ ਚੱਲੀਏ ਸ਼ਹਿਰ। ਮੈਂ ਨਹੀਂ ਜਾਵਾਂਗਾ ਇੱਥੇ ਰਹਿ ਕੇ ਵੀ ਕੀ ਕਰੇਗਾ ਸੀ, ਜਾ ਕੇ ਆਪਣੀ ਮਾਂ ਦੀਆਂ ਦੁਆਵਾਂ ਲੈ। ਪਰ ਤੈਨੂੰ ਛੱਡ ਕੇ ਕਿਸ ਤਰ੍ਹਾਂ ਜਾ ਲਾਲੀ? ਲਾਲੀ ਦੀ ਫਿਕਰ ਨਾ ਕਰ, ਅਸੀਂ ਉਹਦੇ ਨਸੀਬੋਂ ਨਾਪੇ ਕਿਸੇ ਖਾਹਿਸ਼ ਧੱਕਾ ਦੇ ਦੇਣਗੇ। ਅੱਜ ਤੂੰ ਕਿਸ ਤਰ੍ਹਾਂ ਦੀਆਂ ਗੱਲਾਂ ਵੀ ਕਰ ਰਹੀ ਹੈ, ਤੈਨੂੰ ਕੀ ਹੋ ਗਿਆ? ਕੁਝ ਨਹੀਂ ਹੋਇਆ ਸੀ, ਮੈਨੂੰ ਕੁਝ ਨਹੀਂ ਹੋਇਆ। ਲਾਲੀ ਪਤਾ ਹੀ ਲਾਲੀ ਕਿਉਂ ਰੋਂਦੀ ਹੈ? ਇਹਦੇ ਪਿਓ ਨੇ ਇਹਨੂੰ ਮਾਰਿਆ ਤੇ ਤੂੰ ਉਹਦੇ ਪਿਓ ਨੂੰ ਜਾਨੋ ਮਾਰ ਸੁੱਟ। ਮੈਂ ਵੀ ਤੇਰੇ ਨਾਲ ਚੱਲਣਾ ਵਾ, ਸ਼ਾਇਦ ਕੋਈ ਮੌਕੇ ਦੀ ਸ਼ਹਾਦਤ ਤੇ ਕੰਮ ਆ ਜਾਵਾਂ। ਓਏ ਸੋਚਣਾ ਕੀ ਪਿਆ, ਮੈਂ ਠੀਕ ਕਹਿੰਦਾ ਵਾਂ, ਉਹਦਾ ਪਿਓ ਜਿਹੜਾ ਹੈਗਾ ਨਾ ਬੜਾ ਕਮੀਨਾ ਹੈ, ਮੈਨੂੰ ਗੁੱਲੋ ਨੇ ਸਭ ਕੁਛ ਦੱਸ ਦਿੱਤਾ ਹੈ। ਲਾਲੀ ਦਾ ਵਿਆਹ ਸ਼ਮੇ ਦੇ ਨਾਲ ਹੋ ਰਿਹਾ ਹੈ। ਸ਼ਮੇ ਨਾਲ ਵਿਆਹ? ਇੱਕ ਦਿਨ ਹੀ ਹੋ ਸਕਦਾ। ਔਰ ਕਦੀ ਕਦੀ ਅਣਹੋਣੀਆਂ ਗੱਲਾਂ ਵੀ ਹੋ ਜਾਂਦੀਆਂ ਨੇ ਬਾਊ, ਮੇਰੇ ਯੱਕੇ ਦੀ ਸੈਰ ਤੇ ਨਹੀਂ ਕੀਤੀ ਪਰ ਮੇਰੇ ਵਿਆਹ ਤੇ ਜ਼ਰੂਰ ਆਵੀਂ। ਕੀ ਆਖੀਏ ਕਮੀਨੇ? ਅਸਲਮ ਅਸਲਮ ਕੌਣ ਹੈ ਮੁੰਡਿਆ ਤੂੰ? ਅਸੀਂ ਜਨਾਬ ਤੁਹਾਡੀ ਰਹੀਏ ਤੇ ਗਿਆ, ਜ਼ਰਾ ਬਾਊ ਰਣ ਵਿਆਹ ਦਾ ਸਦਾ ਦੇਣ ਆਇਆ ਸਾ, ਗਲੇ ਹੀ ਲੱਗ ਗਿਆ। ਚਲਾ ਜਾ ਇੱਥੋਂ, ਚਲਾ ਜਾ। ਅਸਲਮ ਤੇਰਾ ਪਿਓ ਜਿਉਂਦਾ ਤੈਨੂੰ ਰੋਣ ਦੀ ਕੀ ਲੋੜ ਹੈ ਪੁੱਤਰ? ਫਿਕਰ ਨਾ ਕਰ, ਤੇਰੇ ਸੁੱਖਾਂ ਲਈ ਸਵੇਰੇ ਅਮੀਰੀ ਗਰੀਬੀ ਦੀਆਂ ਦਲੀਲਾਂ ਤੇ ਚੋਲੀ ਅੱਡਣ ਜਾਏ। ਮੈਂ ਤੇ ਆਪ ਗੱਲ ਵਿੱਚ ਬਗਲੀ ਪਾਈ ਪਿਉਂਦਾ ਵਾਂ ਖਾਂ ਜੀ, ਮੈਂ ਕਿਸੇ ਨੂੰ ਕੀ ਦੇਣਾ? ਮੈਂ ਤੇਰੇ ਕੋਲ ਬੜੇ ਮਾਣ ਨਾਲ ਆਇਆ ਸਾਂ ਤਾਰਿਆ। ਤੁਹਾਡਾ ਮਾਣ ਮੇਰਾ ਮਾਣ ਹੈ ਖਾਂ ਜੀ, ਪਰ ਤੁਸੀਂ ਉਸ ਵੇਲੇ ਆਏ ਹੋ ਜਿਸ ਵੇਲੇ ਮੈਂ ਆਪਣੀ ਕੁਲੀ ਦੇ ਢਾਈ ਕੱਖ ਵੀ ਹੁੰਜ ਕੇ ਕਿਸੇ ਹੋਰ ਦੀ ਚੋਲੀ ਵਿੱਚ ਪਾ ਬੈਠਾ ਤੇ ਮੈਨੂੰ ਤੇਰੇ ਦਰ ਤੋਂ ਟੁੱਟੀ ਹੋਈ ਆਸ ਹੀ ਲੈ ਕੇ ਜਾਣਾ ਪਏਗਾ। ਮੈਂ ਕੀ ਕਹਿ ਸਕਦਾ ਵਾਂ ਖਾਂ ਜੀ, ਤੁਸੀਂ ਆਪ ਸਿਆਣੇ ਹੋ, ਜੇ ਮੈਂ ਸ਼ਮੇ ਨਾਲ ਹਾਮੀ ਨਾ ਭਰ ਚੁੱਕਾ ਹੁੰਦਾ ਤਾਂ ਮੈਨੂੰ ਕੀ ਉਜ਼ਰ ਸੀ, ਪਰ ਹੁਣ ਮੈਂ ਮਜਬੂਰ ਹਾਂ। ਤੇਰੀ ਮਜਬੂਰੀ ਪਤਾ ਨਹੀਂ ਕਿੰਨੀਆਂ ਜਾਨਾਂ ਲੈ ਗਈ ਤਾਰਿਆ। ਤੂੰ ਕਾਰ ਨੂੰ ਅੱਗ ਲਾ ਕੇ ਤਮਾਸ਼ਾ ਵੇਖਣਾ ਤੇ ਵੇਖ, ਪਰ ਤੇਰੇ ਘਰ ਦੀ ਅੱਗ ਦੀਆਂ ਲਾਟਾਂ ਨੇ ਮੇਰੇ ਘਰ ਨੂੰ ਵੀ ਘੇਰਾ ਪਾ ਲਿਆ ਹੈ। ਹਾਈ ਚਾਚਾ ਜੀ ਜੀ, ਅੱਖਾਂ ਮੀਟ ਕੇ ਤੂੰ ਜਿਹੜਾ ਸੌਦਾ ਕਰਨਾ ਸੀ ਕਰ ਲਿਆ, ਹੁਣ ਅੱਖੀਆਂ ਖੋਲ ਦੇ ਚਾਚਾ। ਲੈਲੀ ਮੈਂ ਸਭ ਕੁਝ ਪਤਾ ਹੈ ਕਿ ਤੂੰ ਅੰਨਾ ਨਹੀਂ, ਤੂੰ ਚੋਰੇ ਡਾਕੂ ਮੈਂ ਹੋਣੀ ਹੈ। ਮੈਂ ਤੇਰੇ ਲਈ ਮਿਹਨਤ ਕਰਦੀ ਰਹੀ ਤੇ ਤੂੰ ਵਾਨ ਦੇ ਵੱਟ ਖੋਲਣ ਦੇ ਬਹਾਨੇ ਮੇਰੇ ਲੇਖਾਂ ਨੂੰ ਗੁਜਰਾ ਪਾਉਂਦਾ ਰਿਹਾ। ਹੁਣ ਆਪਣਾ ਪੇਟ ਲੁਕਾਉਣ ਲਈ ਮੈਨੂੰ ਸ਼ਮੇ ਦੀ ਕਜ਼ਾਈ ਦੇ ਹੱਥ ਵੇਚਦੇ ਹੈ। ਲੈਲੀ ਤੀਨ ਵੇਚਣ ਵਾਲਿਆ ਬਾਬਲਾ ਕੰਨਾਂ ਚ ਉਂਗਲਾਂ ਕੱਢ ਕੇ ਉਸ ਧੀ ਦੇ ਵਹਿਣ ਸੁਣ, ਜਿਹੜੀ ਸਾਰੀ ਉਮਰ ਗੀਤਾਂ ਹੀ ਤੇਰੇ ਸਾਵਾਂ ਦੀਆਂ ਖੈਰਾਂ ਮਨਾਉਂਦੀ ਰਹੀ, ਵਿਆਹਾਂ ਧੀਆਂ ਵਾਲਿਆਂ ਨਾਲ ਅੱਖਾਂ ਮਿਲਾ, ਜਿਹੜੇ ਤੇਰੀ ਧੀ ਨੂੰ ਚੋਰ ਡਾਕੂ ਤੇ ਖੂਨੀ ਦੀ ਧੀ ਕਹਿਣਗੇ। ਮੈਂ ਮੈਨੂੰ ਚੁਰਸਤੇ ਚ ਲਲਾਮ ਕਰਨ ਵਾਲਿਆ ਬਾਬਲਾ, ਅੱਜ ਤੂੰ ਕੋਈ ਧੀ ਆਪਣੇ ਬਾਬਲ ਦਾ ਵਸਾ ਨਹੀਂ ਕਰੇਗੀ, ਧੀਆਂ ਪਿਓ ਪਿਓ ਕੇ ਨਾ ਛੱਡ ਦੇਣੀਆਂ। ਲਾਲੀ ਚੁੱਪ ਕਰ ਜਾ, ਰੱਬ ਦਾ ਨਾਂ ਹੀ ਚੁੱਪ ਕਰ ਜਾ। ਮੇਰੇ ਦੋ ਬੋਲਾਂ ਨੇ ਤੇਰਾ ਕਾਲਜਾ ਹਿਲਾ ਦਿੱਤਾ, ਉਸ ਨੇ ਤੇਰਾ ਕਾਲਜਾ ਨਹੀਂ ਸੀ ਲਿਆ, ਜਿਸਲੇ ਤੂੰ ਘਰਾਂ ਨੂੰ ਖੋਲੇ ਬਣਾ ਦਿੱਤਾ, ਸੁਹਾਗਨਾ ਦੇ ਸੁਹਾਗ ਤੇ ਕੁਆਰੀਆਂ ਦੇ ਵਾਲ ਲੁੱਟ ਲਿੱਤੇ, ਉਸ ਨੇ ਤੇਰਾ ਦਿਲ ਨਹੀਂ ਸੀ ਕੰਬਿਆ ਜਦੋਂ ਤੂੰ ਦੁੱਧ ਪੀਂਦੇ ਬਾਲਾਂ ਨੂੰ ਮਾਵਾਂ ਦੀਆਂ ਛਾਤੀਆਂ ਨਾਲ ਤੋੜ ਕੇ ਸੁੱਟ ਦਿੱਤਾ, ਤੇ ਅੱਜ ਤੂੰ ਸ਼ਮੇ ਕੋਲੋਂ ਡਰ ਕੇ ਆਪਣੀ ਜਾਨ ਤੋਂ ਆਪਣੀ ਧੀ ਨੂੰ ਵਿਆਹ ਕੁਰਬਾਨ ਕਰਨਾ। ਵੇ ਤੇਰੀਆਂ ਉਹ ਛਵੀਆਂ ਤੇ ਬਲਮਾਂ ਕਿੱਥੇ ਨੇ ਜਿਹਦੇ ਨਾਲ ਤੂੰ ਧੀਆਂ ਦੇ ਸੁਹਾਗ ਉਜਾੜ ਕੇ? ਅੱਜ ਉਹਨਾਂ ਛਵੀਆਂ ਤੇ ਬਲਮਾਂ ਨੂੰ ਧੀ ਦੇ ਲਹੂ ਨਾਲ ਦਾਨ ਕਰ ਦੇ। ਵੇ ਮੇਰੇ ਆਖੀਆਂ ਵਾਲੇ ਅੰਨਿਆਂ ਬਾਬਲਾ। ਲਾਲੀ ਲਾਲੀ ਤੇਰੀ ਨਹੀਂ ਹੋ ਸਕਦੀ ਅਸਲਮ, ਤੂੰ ਉਹਦੀ ਯਾਦ ਆਪਣੇ ਦਿਲੋਂ ਕੱਢ ਦੇ, ਉਹਦੀ ਯਾਦ ਹੀ ਮੇਰਾ ਥਿਲੇ ਅੱਬਾ ਜੀ। ਮੈਂ ਤੇਰੇ ਵਾਸਤੇ ਇਸ ਗੱਲ ਦੀ ਵੀ ਪਰਵਾਹ ਨਹੀਂ ਸੀ ਕੀਤੀ,
कि तेरी मां इस शादी लई कदी राजी नहीं होगी, पर मैं मजबूर हाँ। लाली का प्यू उन शम्मे नाल मंग चुका है, मैं दारे कोल अपना मान भी आ रहा है। दारा तुहाडा मान तुहानू मोड़न आया खां जी। मोड़न आया? लाली ने असलम नू अपना वर मान लिया, ते तियां जदों छल्लां बन जाण मापे रेत दियां कंधां वांगू टह पैंदे ने। तुसीं अज राती उहदा डोला लै आवो। हाँ जी आहो अज जी, कल खबरे की होना है। टुर पाओ कुड़े, मैं ताप नाल तेनू लैन आया। दफा पहली पहली बारी मैनु सौरा लैने आया, पहली पहली बारी मैनु सौरा लैने आया। सौरे दे नाल मेरी जांदी भला पुंडी चुकियां ने जे पैर पुटियां ने जे इत होदा नी होदा वी जांदी सां होदा नी मेरी जांदी भला मेरी जांदी भला। भाभी हूं तो मैं तेन लैन आया, चल भी बिबा भी दिखी आ। चौथी तिवारी मैनु द्योर लैने आया, चौथी तिवारी मैनु द्योर लैने आया। द्यो दे उत्ते मैनु पैंदा नी वखा कदी बेबे नु सुखावे कदी बाबे नु सुखावे ते छोटा नी छोटा भी रांदी सां खोटा नी मेरी जांदी बला मेरी जांदी बला। वारे वारे जाइए, मैं क्या जी तक हो गया के हाय ला तुसी हो जी आया नू। सारे तो पिछो मई आप लेने आया, सारे तो पिछो मई आप लेने आया। बीबी सारे तो पिछो मई आप लेने आया, मी सारे तो पिछो मई आप लेने आया। अच्छा मौली जी बिस्मिल्ला करो। ठहरो बुढ़िया, इनका नहीं हो सकता।
तू अज तक ना बन के सारे पिंड वालों ना बनाई रखी है, पर आज तेरे मकर का पोल खुल गया। वो अखा खोल के मेरे नाल अखा मिला, होर कि चिर ना बनिया रहेगा। तारा ना नहीं, नहीं तारा एक चोर है, डाकू है, खूनी है। आस पास के पिंड जिन्हें डाके पे ने, जिन्हें खून हो, जिन्या चोरिया हुई ने, और सब ये कारण ने। अखा खोल के वेख होया नया, एक होर जाई तेरे बूह से आई खिलोती है। मैं पता सी रेला जरूर आएगा, मैंने भी इस कड़ी की उड़ीक सी, पर तारा डराकल नहीं। जे तारा डराकल होंदा ते लाली दी बात तेरे हाथ च फड़ा के दुनिया के मुंह जंदरे ला देंदा, पर तारे ने धी की जिंदगी का सौदा नहीं किया, उन्हें अपनी जिंदगी का सौदा कर लिया। सारी जिंदगी तारा अपनी धी को कोई सुख नहीं दे सकिया, पर जांदी वारी ओदी पसंद का वरम जरूर दे चलिया। मैं ला लो हथकड़िया, मैंने वर मंजूर ने। हाँ जी, मैं अपने पुत्र नू गरीब की धी नाल ब्याह सकना, पर एक चोर डाकू ते खूनी की धी नाल नहीं ब्याह सकता। जंज वापस जाएगी। अब्बा जी, लाली का की कसूर है? खुदा ने वास्ते उन तबाह ना करो। उन बचाऊंदिया बचाऊंदिया मैं तबाह हो जावा, तेरी जिद लग के सारी दुनिया की मुकालत खरीद लवा। चल मेरे नाल। हाँ जी, रब का ना जी, जे तुसी लाली की डोली नहीं ले जा सकते तो वो जनाजे को कंधा दे जावो। असलम, तेरी मंग का इस दुनिया में कोई धरती नहीं रहा। लाली, आज तेरा प्यू अखा वाला हो गया, फिर अन्ना हो गया। लाली 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 तो नाम कमलो, तुम नहर का पानी पे खराब कर दिया। चौदवी सदी, चौदवी सदी वगदे पानी खराब होंगे ने, खलोते ठीक रहते हैं। लो तुम इस तरह करो, ए, मेरे कपड़े फड़ो तो मैं रुका ताजा कर लवा। है तेरा बुला जाए, लत बात कर फट, तू तेरा ध्यान रखी है, लत पग फट। तू कुर्ता फट चल। मैं क्या थोड़े से मुदबर कौन है बहुती, उन्होंने कीमती चीज फड़ानी है। घंटा चल चल तू फट, मैं दसो पानी किन्ना किन्ना जी वेखना, मेरे ना पिछली उम्र त्रोना करना है। लो फिर मैं ना लगे जाने ना किधरे, चल कैंठा लभ दे, तू कित्थे मर गया था। चल कपड़े चुका, कपड़े चुका, लो कपड़े चुको, बहुत ही दूर नस जाएगी, पानी बड़ा ही गिला सी। तौबा मेरी, गरीबा ने की जमना सरकार। हाय भैया, गरीब है की जमना। हाय हाय
सर्दी हुई ते जम पे गर्मी पई ते पिग लगा सरकार बड़े बड़े दाता खलोते हो सुभान अल्लाह तुहाडा मुंह बड़ा थौड़ी वर्गा कान नाल सुनो सुभान अल्लाह सरकार इंग्लैंड दे विच मुंडा जमदा है ते अंग्रेजी पंड किस तरह आउंदे सुभान अल्लाह करे आया नी मैं डर काला डला पांड बंडे करे आया नी मैं डर को मिल्क बूटा कायम सुभान अल्लाह देरी की लाऊंगे एक हाय हाय सुभान अल्लाह सुभान अल्लाह कोई बसिया केक मिल जाए सरकार को बासी डबल रोटी दे रहा है पुराना रोड फ्राक लो सरकार हुनो जिस ओ चुलड़िया वाली नेम दे घर मुंडा जमदे अंदरों किस तरह आंदी है सुभान अल्लाह हाय हाय सुभान अल्लाह आ नी छेती में मैं आ जा सुभान अल्लाह हाय हाय हाँ देखो इधर शोर मत करो हाँ अंदर ऑपरेशन हो गया देखो हाँ हमारा बीबी सो रहा है शोर डंडा पा बताई दे अभी फिरते तुरते न जाए ये देखो भान हाँ हमारा बीबी के फादर का हाँ पेमेंट नहीं आया अल्लाह मन इसलिए हमको चारा ना दो हम बेबी को दूध पिलाएगा देखो ये सारी पेमेंट दूसरी बेबी पर ले जाना मजदूर लै गए मुंडे का रुपये का की झगड़ा है रुपया रुपया आंदा ही झगड़े वाला है मैं मेरा कंठा कितने कंठा हाँ है वे मामा क्या कंठा चिट्टा चाटा आटा खराब तेरे को नहीं गा पुत्र गिर लिया अदालत ना अदालत चुक जमीन तो चुक अदालत छेती चल मुलजम फरार हो गई मामा तुम नहीं कांजी हाउस पहुंच जाओ ना पिछले साल मैं आपे सूत्र कट के दो खेस बनाए सा जलेबियां खावांगा खावेगा ना खावेगा चल खावांगा इत्थे ही मैं क्या मेरी असली तो वड्डी प्रेमी की वड्डी प्रेमी मामा असी तेरी प्रेमिया नी या तुसी मेरी प्रेमिया अच्छा तू फिर ऐसा करो मेरा कंठा कड्डो हां साडे कोल किथे कंठा तेरे को भी नहीं नहीं मामा और किर लिया जी मामा जी ओए मैं तेन मार छुटांगा था तेन मैं तेरे उ बड़ा फड़ गया ओए और तू मैं ये दस और तू कैंठे वाली प्रेमी के उत्ते निशान क्यों नहीं लाया हम किस तरह लभिए किस तरह लभिए मैं याद नहीं रहा मामा जी याद नहीं रहा चल उनको अदालत लावा अदालत दिया पुत्रा अदालत उसे की करेगी मुजरम फरार हो जाए चल छे दिनों गिर ला बोल तेरा खोता कैंठे ने गाली जी लगाया मामा ओ ओ कैंठिया खोता मैं ओ खोता मैं देगा ओए ओ खोते अपन ने फाड़ी 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 छावा छावा जवाना फाड़ चल पाजो 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 आ ओ छावा छावा खोतिया छावा छावा ओए मैं क्या ओ कैंठा ते मैं देता सी कुड़ी नु ते एक खोते कुल क्यों आ गया ओए जीवन बदल के आया तू है खोता जो आया चल सानू ते गर्दे कैंठे ना लिखे ना अदालत लावा ओए नहीं अदालत लाने की लोड़े बेजबान है इनू की कैसा कहना है मत मारी मामा मामा हाँ? जेड़े चम्मा कम आएगा ना मेरी बीबी नाल काल लड़दा पे लाली नाल ओए ले तू ए खोते दा ध्यान रखी ए मुल्जम दा ध्यान रखी सजा जरूर देनी है ते मैं जरा छम्मे नु पूछावा चंगा ते दफा दे दफा लावा के दूर ओ फेर कान खोल के सुन ले अजे भी डुले बेरा दा कुछ नहीं बिगड़िया मैनू कल्ली समझ के तुम कौन आ गए लाली दारे दी धी है शम्मिया जे मेरा प्यू सौ बेगुनाहन कतल कर सकदा ते मैं भी अपनी इज्जत बचाण लई तेरे जे गुनाहगार दा खून कर सकनी आ ओए साडा खून ते च रोकना ही तेरे सिर लगा होया है ओए दरिया च रह के मगरा नाल वैर नहीं रखीदा लाली ओए घड़ी तो घड़ी सानू भी इन्हां जुल्फां दी छावें पै लैंदे ओ चलिए अजे तेरे जुल्फां सिधियां ही ने जो कितने कुंडला लिया होती है फिर मैं तेन उन्होंने बीच फाइ ला दें निकल उधर दो कोई कमी ना ओए ओए होश करो ओ तू की समझने तू ओ तू समझने दारा इतने नहीं करते तू अन्निया पा लेगा तू ओए हाली दारे का यार जीऊंदा है ते मेरे जीऊंदा है दारे दी धी वाल कोई उंगली करके देखेगा मैं उंगली वट देंगा उन्हें फाइ ला देंगा बथा कर मामा मेरे सामने बोलना है और मामे के सामने बोलना है निबड़ लई बदतमीजा बेदायता नाम कमला मामा
तू हौसला कर पुत्र, तू फिक्र ना कर। ए बस दे पिंडा च होते बतेरे कुत्ते होंगे ने, पर किसी भैड़ी नसल का है। दिल जानिया कखा विच मोती पे डुल देने, आजा मेरे हानिया, आजा मेरे हानिया। कौल नहीं फूल देने नीर पे डुल देने, आजा दिल जानिया कखा विच मोती पे देने, आजा मेरे हानिया, आजा मेरे हानिया। जीती हुई खेड आज मैं गई हार वे, जीती हुई दिल जानिया कखा विच मोती पे डुल देने, आजा मेरे हानिया, आजा मेरे हानिया। मेरे कोलों दूर दूर कंधा कोठे नस दे, नाल दुख पे तुल देने, आजा मेरे हानिया, आजा मेरे हानिया। काल नहीं भूल देने नीर पे डुल देने, आजा दिल जानिया कखा विच मोती पे डुल देने, आजा मेरे वीरा। मेरी छोटी भैन बाली कितने वेखी हो? बाली? आहो वो तो हुने इधर नू गई है। वीरा मेरी छोटी भैन कितने वेखी? आहो आहो उन्हें शमे ने डेरे जाने वेखे। ऐस रात दी सवेर कली नु फुल बनया है वेखेगी। ओ वे लान तो पहले लाली मर चुकी होएगी। अ जाली चांद तो पहले हर मच्छी तड़स दी है। खबरदार जे मेरे पुंडे नु हाथ भी लाया।
नसीब लै जान बाली जिन्ना कंधा दी छावां विच खेडे सां अज ओह कंधा भी वैरी हो गई ने। रब तैनू वास्ता रखे मेरे बाबल दे डेरिया। चल मोती ਵਿਚਾਰੀ ਨੂੰ ਪਤਾ ਹੀ ਨਹੀਂ ਤੇ ਤੁਸੀਂ ਉੱਥੇ ਪੁੱਤਰ ਦਾ ਵਿਆਹ ਵਿੱਚ ਆਉਣ ਬਹਿ ਗਏ ਹੋ। ਤੁਸੀਂ ਕਿਉਂ ਪੁੱਤਰ ਤੇ ਰਲ ਕੇ ਮੈਨੂੰ ਮਾਰ ਹੀ ਦੇਣਾ ਚਾਹੁੰਦੇ ਹੋ? ਤੈਨ ਤੇ ਰੱਬ ਵੀ ਨਹੀਂ ਸਮਝਾ ਸਕਦਾ। ਤੈਨ 100 ਵਾਰੀ ਕਿਹਾ ਏ ਜਦੋਂ ਆਪਣੀ ਜੁੱਤੀ ਤੇ ਔਲਾਦ ਦੀ ਜੁੱਤੀ ਬਰਾਬਰ ਹੋ ਜਾਵੇ ਤੇ ਔਲਾਦ ਨਾਲ ਜ਼ਿੱਦ ਨਹੀਂ ਕਰੀਦੀ। ਅਸਲਮ ਦੀ ਮਾਂ ਔਲਾਦ 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 ਜਿਵੇਂ ਹੋਰ ਕਿਸੇ ਦੀ ਔਲਾਦ ਹੀ ਨਹੀਂ। ਮੈਂ ਕਿਹਾ ਤੁਸੀਂ ਚਾਹੁੰਦੇ ਕੀ ਹੋ ਕਿ ਉਹ ਗੰਦੀ ਰਾਤ ਇਸ ਖਾਨਦਾਨ 'ਚ ਆਵੇ? ਟਕੇ ਟਕੇ ਦੀਆਂ ਸਵਾਰੀਆਂ ਲੱਦਣ ਵਾਲੀ ਕੁੜੀ ਇਸ ਘਰ ਦੀ ਨੂੰਹ ਬਣੇ? ਪਰ ਮੈਂ ਵੀ ਆਗਾ ਦੀ ਧੀ ਹਾਂ, ਆਗਾ ਦੀ ਮਰ ਜਾਵਾਂਗੀ ਪਰ ਆਪਣੀ ਹੱਟ ਨਹੀਂ ਛੱਡਾਂਗੀ। ਅਸਲਮ ਦਾ ਵਿਆਹ ਮੇਰੀ ਭਤੀਜੀ ਰਜ਼ੀਆ ਨਾਲ ਹੀ ਹੋਵੇਗਾ। ਸੁਣਿਆ ਜੇ ਨੇਕ ਬਖਤੇ, ਇਹ ਵੀ ਕਦੀ ਸੋਚਿਆ ਹੀ ਜੇ ਤੇਰੇ ਜਵਾਨ ਪੁੱਤਰ ਨੇ ਰਜ਼ੀਆ ਨਾਲ ਸ਼ਾਦੀ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਤੇਰੀ ਖਾਨਦਾਨੀ ਚ ਕੀ ਰਹਿ ਆਵੇਗੀ? ਫੇਰ ਆਗਾ ਦੀ ਧੀ ਕੀ ਕਰੇਗੀ? ਜਵਾਬ ਦੇਵੇ। ਅਸਲਮ ਦੀ ਕੀ ਮਜਾਲ ਹੈ ਮੇਰੇ ਅੱਗੇ ਇਨਕਾਰ ਕਰਨ ਦੀ? ਉਹਨੂੰ ਮੇਰੀ ਮਰਜ਼ੀ ਤੇ ਚੱਲਣਾ ਪਵੇਗਾ। ਕਿੱਥੇ ਵੀ ਅਸਲਮ, ਮੈਂ ਹੁਣੇ ਫੈਸਲਾ ਕਰ ਲੈਂਦੀ ਹਾਂ। ਫੈਸਲਾ ਤੇ ਜ਼ਿੰਦਗੀ ਚ ਇੱਕੋ ਵਾਰੀ ਕਰੀਦਾ ਬੋਲਿਆ ਤੇ ਉਹ ਮੈਂ ਕਰ ਚੁੱਕਾ। ਭੁੱਖਾ ਹੈ ਤੇ ਫਿਰ ਖਲੀਫੇ ਦੀ ਹੱਟੀ ਤੋਂ ਨਾਨ ਕਬਾਬ ਲਿਆਣੇ ਜਾਂ ਫਿਰ ਗਵਾਲ ਮੰਡੀਓ ਟਿੱਕੇ ਲਿਆਣੇ? ਹਾਏ ਰੱਬਾ, ਦਰਦੀ ਵੀ ਕਿਹੋ ਜਿਹਾ ਦਿੱਤਾ ਈ ਜਿਹੜਾ ਦੁੱਖ ਨੂੰ ਸੁੱਖ ਸੁਣਦਾ। ਓਏ ਕੰਨ ਇੱਧਰ ਕਰ, ਪਿੰਡ ਜਾ, ਲਾਲੀ ਨੂੰ ਜਾ ਕੇ ਵੇਖ ਕਿਸ ਹਾਲ ਚ। ਓਏ ਹਾਲੀ ਬੋਲ, ਮੈਂ ਕੋਈ ਡੋਰਾ ਤੇ ਨਹੀਂ, ਮੈਂ ਆਪ ਜਾਣਾ ਵਾ ਤੇ ਪਤਾ ਕਰਕੇ ਆ ਜਾਣਾ। ਕੋਈ ਘਬਰਾਉਣ ਦੀ ਲੋੜ ਕੀ ਇਹਦੇ ਵਿੱਚ? ਬੀਬੀ ਬੀਬੀ ਮਰਨੀ ਤੇਰੀ, ਬੜੀ ਭੁੱਖ ਲੱਗੀ ਹੈ ਬੀਬੀ, ਬੜੀ ਭੁੱਖ ਲੱਗੀ ਬਾਲੀ। ਮੋਤੀ ਬਾਲੀ ਭੁੱਖੀ ਸੀ ਤੇ ਉਹਨੇ ਆਖ ਦਿੱਤਾ, ਤੂੰ ਬੇਜ਼ਬਾਨ ਕਿਸ ਤਰ੍ਹਾਂ ਆਖੇ? ਬਾਲੀ ਵੀ ਭੁੱਖੀ ਹੈ, ਮੈਂ ਵੀ ਭੁੱਖੀ ਹਾਂ, ਤੂੰ ਵੀ ਭੁੱਖੇ, ਸਾਰੀ ਦੁਨੀਆ ਹੀ ਭੁੱਖੀ ਹੋ ਮੋਤੀ। ਭੁੱਖਾਂ ਤੋਂ ਤੰਗ ਆ ਕੇ ਮਾਂ ਬੱਚੜਿਆਂ ਨੂੰ ਵੇਚ ਦਿੰਦੀਆਂ ਨੇ, ਮੈਂ ਤੈਨੂੰ ਵੀ ਵੇਚ ਦਿਆਂਗੀ। ਪਰ ਨਹੀਂ ਨਹੀਂ ਮੋਤੀ, ਤੂੰ ਮੇਰੇ ਬਾਬਲ ਦੀ ਨਿਸ਼ਾਨੀ ਹੈ, ਮੈਂ ਤੈਨੂੰ ਨਹੀਂ ਵੇਚਾਂਗੀ ਮੋਤੀ, ਤੈਨੂੰ ਨਹੀਂ ਵੇਚਾਂਗੀ। ਪਾਗਲ ਨੇ, ਜਿੰਨੇ ਰਾਹ ਵਿੱਚ ਘੋੜਾ ਬਣਿਆ ਹੋਇਆ ਤੂੰ ਹੋਰ ਕਿੱਥੇ ਬੰਨਾ? ਥਾਂ ਜੁ ਨਾ ਹੋਈ ਕੋਈ, ਥਾਂ ਜੁ ਨਾ ਹੋਈ। ਮੈਂ ਕਿਹਾ ਤੂੰ ਕਿੱਥੋਂ ਦੀ ਹੈ? ਪਿੰਡ ਦੀ, ਆਪਣੇ ਛੋਟੇ ਭਰਾ ਨੂੰ ਲੱਭਣ ਆਈ ਸਾਂ। ਭਰਾ ਨੂੰ ਲੱਭਣ ਆਈ ਹੈ? ਆਹੋ। ਕੀ ਨਾਂ ਹੈ ਉਹਦਾ? ਨਿੱਕਾ। ਨਿੱਕਾ? ਉਹ ਚਲਾਕ ਜਿਹਾ ਮੁੰਡਾ ਤੇ ਨਹੀਂ, ਪਤਲਾ ਜਿਹਾ ਤਿੱਖੀ ਜਿਹੀ ਨੱਕ ਵਾਲਾ? ਆਹੋ ਆਹੋ, ਇਹੋ ਹੀ ਮੇਰਾ ਭਰਾ ਹੈ। ਓਏ ਉਹ ਤੇ ਸਾਡੇ ਡੇਰੇ ਤੇ ਰਹਿੰਦਾ, ਤੂੰ ਮੇਰੇ ਨਾਲ ਚੱਲ, ਤੈਨੂੰ ਹੁਣੇ ਮਿਲਾ ਦੇਣਾ। ਹੁਣੇ ਮਿਲਾ ਦੇਗਾ ਤੇ ਹੋਰ ਕੀ? ਬਾਬਾ ਤੂੰ ਮੇਰੀ ਭੈਣ ਤੇ ਯੱਕੇ ਘੋੜੇ ਦਾ ਖਿਆਲ ਰੱਖੀ, ਮੈਂ ਹੁਣੇ ਹੀ ਆਨੀ ਆ। ਅੱਛਾ ਪੁੱਤ, ਆ ਭਰਾ ਚੱਲ। ਆਪਣੇ ਨਾਲ ਸੁਣੀਏ, ਹੋਰ ਕਿੱਥੇ? ਸਾਡੇ
कदम कदम तन डगन ले नाग अपने फन खिलारंगे। ए बगियाड़ा दी नगरी इत्थे कुड़ियां नूं हर वेले अपनी इज्जत दा डर है। तू इत्थे कुड़ी बन के नहीं जी सकती, तू इत्थे कुड़ी बन के नहीं जी सकती, तू इत्थे कुड़ी बन के नहीं जी सकती। कल्ली कुवारी बई पाटी लो हारी बई जांदा ए खाली जी आ जाओ टंगसाली जी जांदा ए खाली जी आ जाओ टंगसाली जी कल्ले तो कल्ले भई शाही महल्ले भई कल्ले तो कल्ले भई शाही महल्ले भई माल मक रोट जी बीडंग रोट जी माल मक रोट जी बीडंग रोट जी क्यों मुड़ मुड़ तक दे ओ हाय क्यों मुड़ मुड़ तक दे ओ पावे लख पड़ दिखरो सच झुक नहीं सकदे ओ पावे लख पड़ दिखरो सच झुक नहीं सकदे ओ ਜਦੋਂ ਲੱਗ ਜਾਵੇ ਕਦੋਂ ਬਸ ਵਿੱਚ ਰਹਿੰਦਾ ਏ ਸਾਡਾ ਦਿਲ ਤੇਰੇ ਵੱਸ ਸੱਜਣਾ ਹਾਏ ਸਾਡਾ ਦਿਲ ਤੇਰੇ ਵੱਸ ਸੱਜਣਾ ਓ ਨਿੰਮਾ ਨਿੰਮਾ ਹੱਥ ਹੱਥ ਤੇ ਹੁਣ ਦੂਰ ਨੱਸ ਸੱਜਣਾ ਓਏ ਨਿੰਮਾ ਨਿੰਮਾ ਹੱਥ ਹੱਥ ਤੇ ਹੁਣ ਦੂਰ ਨੱਸ ਸੱਜਣਾ आए उते जाना ना है आए उते जाना ना ओए सानू पावे भूल जाना साडा प्यार भुलाना ना ओए सानू पावे भूल जाना साडा प्यार भुलाना ना ਜਿਹੜਾ ਪਿਆਰ ਚ ਰੁਲਦਾ ਏ ਜਿਹੜਾ ਪਿਆਰ ਚ ਰੁਲਦਾ ਏ ਕੋਈ ਉਹ ਸੁੱਚਾ ਮੋਤੀ ਏ ਪਲਕਾਂ ਤੇ ਰੁਲਦਾ ਏ ਕੋਈ ਉਹ ਸੁੱਚਾ ਮੋਤੀ ਏ ਪਲਕਾਂ ਤੇ ਰੁਲਦਾ ਏ ਓਏ ਉਹ ਸੁੱਚਾ ਮੋਤੀ ਏ ਪਲਕਾਂ ਤੇ ਤੁਲਦਾ ਏ ਓਏ ਉਹ ਸੁੱਚਾ ਮੋਤੀ ਏ ਪਲਕਾਂ ਤੇ ਤੁਲਦਾ ਏ ਪਲਕਾਂ ਤੇ ਝੁਲਦਾ ਏ
लाली ए रोटी किने पकी उन्हें उन्हें की नहीं और जो मंजे पीछे लुकी है तू कौन है मैं तू बकरी नहीं मिन्नो नूरे कोचवान की थी ते त्वाड़े गुआंडी तू मैं रोटी क्यों पकाई है एमी मेरा दिल की तो पर दिल क्यों की था ए मेरे दिल को पूछ ले तेरा दिल गल्ला नहीं कर रहा तेरे दिल ने कदी गल्ला नहीं कीतिया कदी करदा सी पर हुन नहीं मैं कहा ते तद भी नहीं करेगा ए ओदी मर्जी तेरी मर्जी होएगी ते आप ही गल्ला करन लग पेगा साड़ी मर्जी तो हुन तेरी मर्जी ना ले तो मेरी मर्जी मेरी सहेली ना अच्छा जी ते तेरी सहेली है आहो अच्छा तो फिर साड़ी भी सहेली है सची बाली मैं सवारी ने टाइम दिता है तो तू अपनी सहेली नाल खेडी अच्छा मैं क्या जी जी आखो जी फिर कदों आएगा जदू आखो आखो तो जाइए ही ना मेरे कान ते हर वेले तेरे यके दी कैंटी ते लगे रहेंगे ताजे दिल कलेजी खान आले ओ ताजे दिल कलेजी खान आले ओ ओए कदी ते हुक्का छड़ दिया कर मरे अरे तेरे अंदर ते तमाकू दी पहली बीजी होई है हुन की तमाकू पीने लाली यार पी ले जवानी विच हुन ता यारा लीदी पीवी दी है अच्छा बोतियां गल्ला ना कर ते दवानी दा फिफरा दे फिफरा ता है नहीं यार कमी ता दिल दे रिया ओ फिटे मुंह मैं अड्डा गलिया दिल है के की करना है कब्र च लत्ता ते दिल ले लो भाई लाली तैनू बड़ी जवानी लड़दी यार लो सुना ओ जवानी ना लड़े ते और सप लड़े फिर की देवा चल दिल ही दे दे आशका ने ते टेढ़ी भरना ले यारा दिल ही ले तू की याद करेगा के दिल नहीं खवाया सी बड़े मियाँ इस टांगे बड़े मियाँ इधर आ हलवा कुमट अब ये क्या तरीका है ये क्या बदतमीजी है आखिर ऐसे वाहियात कोचवान तो हमारे मुरादाबाद में नहीं होते ये हुल्लड़बाजी कैसी शराबत का दौरे नहीं और जाना किथे स्टेशन जाना है थाने तो नहीं जाना ये पकड़ करके क्या माने मेरा नंबर आ गया मेरे मियाँ को कहाँ लिए जा रहे हो चुप रहो बड़ी बेगम क्यों चुप रहूं जी छोटी बेगम सौ दफा तुमसे कहा मेरे मामले में दाखिल मत दिया करो बोलूंगी सौ दफा बोलूंगी क्यों तुम्हें शर्म नहीं आती इन गैर आदमी के सामने बोलते हुए बताओ तुम्हें बताओ मैं तुम्हें कभी नहीं हमें ये क्या लाहौल का कोत और घर में भी लड़ती हो बाहर भी लड़ती हो चलो मेरे टांगे में देखो बड़े मियां मेरे टांगे में बैठ जल्दी करो जल्दी करो लाहौल वाला ਟਾਂਗੇ ਵਾਲਿਆ ਵੇਸੇ ਹਾਂ ਸਹੀ ਵੇਸਾ ਕਿਥਾ ਵੇਸੋ ਸਟੇਸ਼ਨ ਤੇ ਵੇਸਾ ਕਿਤੇ ਪੈਸੇ ਕਿੰਸੋ ਸਟੇਸ਼ਨ ਦੇ ਦਾਨ ਬਹੁਨ ਦੂਆ ਨੇ ਦੇਸੂ ਸਾਰੇ ਮਲਤਾਨ ਨੇ ਸਟੇਸ਼ਨ ਕੋ ਲਾ ਕੇ ਹਰਮ ਜਵਾਲ ਤਾ ਦੂਆ ਨੇ ਗਿੰਦਨ ਦੂਆ ਨੇ ਦੂਆ ਨੇ ਗਿੰਦਨ ਨੇ ਦੂਆ ਨੇ ਵਨ ਵਨ ਸਵਾਰੀਆਂ ਵਾ ਟਾਂਗਾ ਉਹ ਖੜੋਤਾ ਬਈ ਅੱਛਾ ਸੈਂ ਨਾਰਾਜ਼ ਕਿਉਂ ਥਿੰਦੇ ਹੋ ਮੈਂ ਪੈਦਲ ਚਲਾ ਵੇਸਾ ਵੇਸੋ ਵੇਸੋ ਉਹ ਮੈਂ ਨਹੀਂ ਕਿਹਾ ਨੱਡੇ ਪਿੱਛੜੀ ਘਰ ਚੱਲ ਸੇ ਵਾਹ ਨਾ ਕਿ ਬਿਸਮੁੱਲਾ ਆਨਾ ਲਾਲੇ ਦੀ ਜਾਨ ਚੱਲ ਸਾ ਕਿਉਂ ਨਾ ਚੱਲ ਸਾ ਕਿ ਟਾਂਗਾ ਮੰਗਾ ਤੇ ਖੂਬ ਹੀ ਔਰ ਟਾਂਗਾ ਮੰਗਾ ਤੇ ਖੂਬ ਹੈ ਨਾ ਓਏ ਹੈਦਰ ਵੀ ਤੱਕ ਬੁਲਬੁਲ ਦਾ ਬੱਚਾ ਹੀ ਬੁਲਬੁਲ ਦਾ ਤੇਰੇ ਸਾਰੇ ਪਿਖੌਰ ਦੇ ਚਕਾਰ ਠੀਕ ਕਿਤੇ ਹੈ ਨਾ ਉਹ ਮੈਨੇ ਕਾ ਤੱਕ ਨਾ ਕੀ ਹੈ ਛੇਤੀ ਕਰ ਨਾ ਚੱਲ ਸੈਲ ਮੈਲ ਕਰਾ ਨਾ ਓ ਆਨਾ ਲਾਲੇ ਦੀ ਜਾਨ ਲੈ ਛੂਟਾ ਮੋਟਾ ਵੀ ਲਾ ਤੇ ਸੈਲ ਵੀ ਕਰ ਮੈਨੇ ਕਹਿੰਦੇ ਡੇ ਚੱਲ ਨਾ ਚਿੜੀ ਘਰ ਦੀ ਸੈਰ ਕਰਾ ਸਾ ਨਹੀਂ ਲਾਲੇ ਦੀ ਜਾਨ ਮੈਂ ਤੇ ਹੁਣ ਅੱਡੇ ਤੇ ਹੀ ਜਾ ਸਾ ਹਲਾ ਫਿਰ ਤੂੰ ਹਿੰਜ ਕਰ ਕੱਲ ਅੱਡੇ ਦੇ ਹਿਚਕਾਰ ਮਿਲੀ ਮੈਂ ਤੈਨੂੰ ਮਕਬਰੇ ਦੀ ਸੈਲ ਮੈਲ ਕਰਾ ਸਾ ਔਰ ਜ਼ਾਲਮ ਦੇ ਪੁੱਤਰ ਕੀ ਗੱਲ ਕੀਤੀ ਨਾ ਕਿ ਆਪਣੀ ਸਾਰੀ ਉਮਰ ਵਿੱਚ ਇੱਕੋ ਹੀ ਗੱਲ ਕੀਤੀ ਹਲਾ ਫੜਨ ਰੁਪਿਆ ਔਰ ਦਿਲ ਖੁਸ਼ ਕੀਤਾ ਹੀ ਨਾ ਕਿ ਤੇਰੇ ਮੁੱਛ ਦੀ ਵੀ ਖੈਰ ਹੋਵੇ अरे छोकरे टांग खाली आए छ तुजो हां साईं खाली आ है काठी खाली बंदो मैं आना कली खाली बंदो घणो पैसो वठी बंदो आए 12 ने अरे तू छोकरा की छोकरिया है तुंजी अदी दाड़ मुछना है अरे छण तो के छा आपा मुन्ना गाल बुधायो
गाली गुली तो कोई नहीं कटी मैं ना वेंदो रेसा तो कट्टा ना खाणी वेंदो बा काथी अली वेंदो अरे मुझे गाल दे बोदा बा एडी आ चबा जी आ बा मुझे चाय चलो अली हो हेलो भाई पैसे बाऊ जी एथे की हुंदा ओ भाई इथे साडे वर्गे रईस बंदे चौड़ होण आंदे ने अच्छा ते लो फिर आज असि भी चौड़ो के वेसने ओ नहीं मियां तू नहीं अंदर जा सकदा क्यों ਇੱਥੇ ਤੇ ਸਿਰਫ ਸੂਟ ਬੂਟ ਵਾਲੇ ਜਾਂਦੇ ਨੇ ਜਾਂ ਫਿਰ ਜਿੰਨਾ ਸਾਡੇ ਵਰਗੇ ਕੱਪੜੇ ਪਾਇਓ ਨਾਲ ਬੰਦੇ ਨੂੰ ਥੋੜੀ ਜਿੰਨੀ ਯੈਸ ਨੋ ਵੀ ਆਣੀ ਚਾਹੀਦੀ ਹੈ ਆਓ ਯੈਸ ਨੋ ਨੋ ਯੈਸ ਯੈਸ ਨੋ ਨੋ ਯੈਸ Yes, no, yes, no. No? Nonsense. Yes, yes. Sir? Whiskey? Yes, yes. Soda? Oh, no. Water? Yes, yes. ਮੇਰੀ ਨਵੀਂ ਨਵੀਂ ਕੰਗ ਨਾਲ ਤਕਾਂ ਤੇ ਨਾਲ
वाली क्या वाली ओए हाल की होना है लाला तैनू पता है असि कदी एवें आए हां तेने घोड़ी मोड़ी तो नहीं खरीद करनी पावे तो कुर्बान जावे कल गजब की घोड़ी तकिया घोड़ी की गल कर लाला मैं ते कुड़ी पिछे आया मैनू पता लगा कि इत्थे हैगी है के पिया कहने कुड़ी ते बत मेरे डेरे के ना उसका ओदा ना ही लाली 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 कि नड्डा ही कोच वा प्रहै बड़े गजब का दलेर ओ लाली नड्डा ओ खुदा गुरु करी कि मैं तेरी ना झूठ पिया बोल नहीं वत कुछ दिन ठहर से ना इतने चल मेरा तक ले सी चल के ओए जब तक लाली दी मिलदी मैं ते इत्थे ही ठहरागा ओ खुदा गुर करे के कतल वतल होया पे है ओ लाला तू नहीं जानदा ए दिला दे मामले ने ते दिल लग गई है साडा लाली ते लाली क्यों नहीं आई लाली लाली ते मुद्दे तो ही पिंड छड़ के शहर आ गई तेल बनवा सी लाली शहर आई ये ते मैं पता नहीं असलम फिर उस कमीनी दा इत्थे जिक्र हो रहा है ओ फिक्र दी की लोड़ है इना दो आधा व्याह करा देंगे व्याह ऐस कमीनी नाल नहीं 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 मां जी नहीं 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 तुहानू फहमी गलत हो गई है एक कमीनी असलम दी कमीनी नहीं एक कमीनी ते बोले दी कमीनी है तू कौन है मैं तारफ कराना मैं मणके मामा जी पिसर जामा जी सरकारे दरबारे जिले कचहरी ए पंगड़ खाने तोफाने पवचियाने गुसलाने जेड़े खाने कहो मेरी पहुंचे किसी का कोई काम रुकया मेरे को कढ़ाओ किसी का कोई काम रुकया मेरे को पूरा कराओ अच्छा ये गल है तू इत्थे की ब्याह करना है चल निकल जा इत्थों मैं कला के दोवें बोलिया सुन ले तू भी इनू अपनी कमीनी नू नाल ले जा ते फिर इस कोठी दे पैर धरिया ते मैं लत्ता बन देंगी चलो निकल जाए तू नहीं के नारसा खुदा अग ना चलिए वे जी तुसी उनन बेइज्जत नहीं कीता तुसी मैं जलील कीता है ले कर गल बेइज्जत बेती नू मैं तेरे कोलो ज्यादा जाननी है जे तुसी ज्यादा जानदे हो ते चंगी तरह सुन लो मैं तड़ा दबा नहीं चल सकता जो इस कार च नहीं आ सकदी ते मेरे लिए कार उजाड़ है असलम समीला असलम ताडे लिए मर चुका है जे कुड़ी होके कॉलों से पूरी उतर रही है ते मैं मुंडा होके ताड़ियां कुड़ियां तो डरा नहीं ए नहीं हो सकता मैं उन जरूर लबांगा खबरें हो किथे बस रोक ला बेटांगा ऐला भी फड़ पैसे ए बाऊ जी तुसी बाऊ असलम नु जानदे हो ओ केड़े वकील साहब ते नहीं ओ पतले जाया कनक रंगे नहीं नहीं ओ ते बड़े गोरे जे ने पूरे जवार हर वेले मत्थे ते डिगे रहंदे ने दलीप कुमार वांगू फेर तू लब चुको इत्थे ते हर मुंडा ते हर कुड़ी दलीप कुमार है ओए इत्थे जक्का क्यों खड़ा कीता ई जी सवारी लाइए लसंस दा नंबर विखा ओ सुनिया नहीं जी ओ ते है नहीं अच्छा बगैर लसंसों ते नंबरों टांगा बांधना है की ना तेरा और बोलना क्यों नहीं लाली किथे रहना है मुजांग माजे दे डेरे ऐला फड़ ते 14 तरीके नु खान बहादुर खान दी अदालत से हाजिर हो जाई ले मेरी बीबी बहन दवा पी ले तेनू रुमान आ जाएगा ना कौड़ी है पी के ते वेख मिठी है उठ मेरी बीबी भैन शाबाश पीला पीला बड़ी बीबी अच्छा बाली एक गल ते दस तेरा भरा हर वेले सिर ते टोपी क्यों पाई रखदा मेरा भरा गंजी है ना गंजी नहीं तू मेरी गंजा पिंड वाले सारे उन्हों लाली गंजा कहंदे सन मेरे सामने कहंदे ते मैं उन्हां दा मुंह पान देना सी क्यों एवी बाली तैनू भी लाली नाल प्यार है आहो मैनू भी लाली बड़ा ही चंगा लगदा बाली तेरा भरा ते बड़ा ही सोहना बाली ओ लाला आ गया अबे मैं तेरे लिए किन्नियां सारियां चीजां आंदियां ने मिन्नू बुखार दा की हाल सु बुखार ते बड़ा ही तेज है मिन्नू तू साडा किन्ना ख्याल रखनी है एना ते साडे अपने भी ना रख दे मैं ते तैनू अपने ही समझनी हां पर तू ही मैनू अपना नहीं समझदा आखिर किन्ना चिर अनजान बनया रहेगा मैं ते एक गल भूल ही गया अज फिर मेरा चलान हो गया 14 तारीख पई है मनेका शर्मा पुलवान कुछ तैने भी सुनाई कि आज लाली दा वद चलान होया ही कि इस दफा नहीं हो पासली खुदा एक दी कसम ही
अल्लाह अल्लाह तू मिलांदा ते हैगा नहीं। ओ मैं क्या मैं ते शाकी के लाली मुंडा नहीं कुड़ी ये। ओ खुदा दा खौफ करके गजब पे टाना है कुर्बान जावई कि बद कुड़ियां भी इतनी दलेर पे अछूट होइयां नहीं कि उसका पंजवा चलानी कि हर वरी कपो कैप हो जांदी। ओ लाला ओ अदालत हाजिर नहीं होता और बाबे चलाना उनके जुत्ती दी नोक ते मारदा ही। ओए और किन्ना चिर वेला घुसांदा रहेगा। ओ पुलिस वाले भी बड़े डाढे हुंदे ने जे अदालत सीधी तरह हाजिर ना होया ते हथकड़ियां ला के लै जाणगे। पुलिस वाले भी बड़े डाढे हुंदे ने जे अदालत सीधी तरह हाजिर ना होया ते हथकड़ियां ला के लै जाणगे। लाला बाली मेरी वीर नु नाले जा, मेरी वीर नु नाले जा। बाली बाली तेरे को मिन्नो जी लगी है, मैं तेरे लिए बड़ी अंसुलियां चीजें लेके आवांगा। बीबियां तियां नहीं रोंदियां होंदियां। चुप कर दे मेरी चंगी भैन। छेती चल असि तेरे नौकर नहीं गए। मने का शमा पुलवान लाली गिरफ्तार हो गई ना ते कल कचहरी इजकार पेश हो रही ना। ओए ओए कितना साडे वाली गल लाला, की तैनु क्या सी 100 दिन चोर दा ते 1 दिन साहब दा। लै बात कल छुट्टी कर से ते कचहरी चक्कर मगर कट सी। ओए आहो चल के तमाशा तकांगे। मुलजम लाली तेरे ते दो जुर्म आए हुंदे ने। पहला है कि तू यके दा लसंस नहीं लिया, दूसरा है कि तेरे कई बार चलान होए ने पर तू अदालत विच हाजिर होना जरूरी नहीं समझे। मैं ए जुर्म मजबूर होके कीते ने। अदालत तेरी मजबूरी तो वाकिफ होना चाहती है ताकि इंसाफ कर दे ना, तेरे नाल बेइंसाफी ना होवे। बोलदा क्यों नहीं, जवाब दे की मजबूरी सी तैनू। मेरी मजबूरी नाल इस मुकदमे नूं कोई फर्क नहीं पैंदा, मैं अदालत दा हर फैसला सुनने लई तैयार हां। तैनू अपनी मजबूरी बयान करनी पएगी। बंदा परवर जी हुक्म होवे ते मैं इहदी मजबूरी अर्ज करां। तू कौन है? जी मैं मुलजम दे पिंड दा रहण वाला वां ते मैं नु बहुत चंगी तरह जानना वा। तैनू बोलन दी इजाजत है? जनाब मैं अदालत दी खिदमत विच अर्ज करांगा कि ओ मुलजम नु सिर तो पग ला के खलोण दा हुक्म देवे। मुलजम दी पग लांदे इस मुकदमे नाल की वास्ते? जनाब ए मुलजम दी पग लांदे उत्ते पता लग जाएगा। मुलजम लाली अपने सिर तो पग ला के खलोवे। लाली तू अदालत दा हुक्म नहीं सुनया, सिर तो पग ला दे। कुड़ी जनाब हूं इस उत्ते एक तीसरा जुर्म आयद होंदा कि इसने मुंडा बन के धोखेबाजी की है। जे मैं मुंडा ना बनती तो इतने मेरी इज्जत बच सकती सी। मैं दुनिया ने धोखे की नीयत नाल धोखा नहीं दिता। धोखा हराने की धोखा वे, यह भी हो सकता है कि तू यके बुदकारी दौला बनाया हो। बस चलन आज तक कभी मेहनत मजदूरी नहीं कर दी वकील साहब। मैंने इस गलते मान है कि मैं एक कमजोर औरत होंगे हुए भी अपने माफिया की लाज में बचाई रखी है। मगर एक मुलजम की स्थिति फिर तुसी दसो वकील साहब मैं की कर दी। मेरी एक छोटी जी बीमार भैन है, रब तो सिवा साडा इस दुनिया च कोई भी नहीं। रब दा वास्ता जे मैं अपना ते अपनी बीमार भैन दा टिड भरन लई यके दा लाइसेंस दवा दिता जाए। औरत नूं यके दा लाइसेंस नहीं मिल सकदा। क्यों नहीं मिल सकदा? औरत नूं इज्जत वेचण दा लाइसेंस मिल सकदा है ते मेहनत मजदूरी करन दा लाइसेंस नहीं मिल सकदा। औरतां नर्सां बन सकदियां ने, दफ्तर च नौकरी कर सकदियां ने, फौज ते पुलिस च भर्ती हो सकदियां ने, ते मैं यका नहीं चला सकती। तुसी दसो जे मैं मेहनत मजदूरी ना कर दी ते अपनी इज्जत बेच दी। मुलजम लाली तेरे थ्रू तेनू बे जुर्म साबित नहीं कर सक, जेड़े जुर्म तू कीते सन उन्हां दी सजा तेनू जरूर मिलनी चाहिए सी। पर अदालत तेनू एक मजबूर औरत समझ दिया आया, तेरे ते रहम करके तेनू बरी कर दी। पर तू अगे तो यका बिल्कुल नहीं चला सकेंगी। हथकड़ी खोल दियो, दूसरा मुकदमा पेश करो। चलो कम राजदीन बनाम मंजूर चैन। इन्हें मुंडा बन के धोखेबाजी की थी। जे मैं मुंडा ना बनती ते थी मेरी इज्जत बच सकती सी। मैं दुनिया ने धोखे दी नीयत नाल धोखा नहीं दिता। धोखा हर हालत ही धोखा है, ये भी हो सकता है कि तू यके नु बदकारी दा ओला बनाया होवे। की कर दी वकील साहब, मेरी एक छोटी जी बीमार भैन। लाला मेरे वीर नु नाल ही जाओ, मेरे वीर नु नाल ही जाओ। बाली मैं आई, बाली बाली मैं आ गई।
निका छड़ के चला गया, चाचे ने बल्ला छुड़ा लिया, और तू भी मेरे तरह उसके चली है बाली। सबर कर, हौसला कर, हौसला कर मेरे बच्चा, हौसला कर। सबर, सबर। मामा बाली रुस गई हो। लाली सारे धोखा दिता सही, पर मैनू धोखा ना दें। मैनू तेन याद है बाली ने एक दिन कहा कि मैनू मेरी सहेली है, ते मैं उन कहा कि मैनू मेरी भी सहेली है, पर जड़िया रावा ते मैनू पाते ओदा हुण की बनेगा। मने का बनेगा क्या है खुदा हिक दी कसम ही ना, लाले दी मान लाले दी जान ते वत ऐशो आराम पी कर से ऐसके टांगे मांगे नू वेच ते वत किसे दा कार वसा ना। ओए नू टांगा घोड़ा वेचन दी की लोड़े, असी ते आप जे उथों विकण ली तैयार आ। शिमिया मैं तन्नू कही के इथों चला जा, जे मैं ना जावां ते तो फिर तू मैनू चंगी तरह जानना। ओ मैं क्या, असी ते चले ही जावांगे, पर तेरे लिए खट्टे कमाएगा कौन। ओ मैं कमाऊंगा, मैं कमावांगा आप, मैं मामा जी आप कमावांगा अपनी ती लई, आज तो टांगा मैं मामा करा। और देख सा तन नंबर किस तरह मिलसी। ओए चुप चुप कर, तू बेलचे दे मुंह वालिया, ए वेखो नंबर, ए वेख ए अपने मुंह कोल मोटा नंबर दे होए। ओ मामा पहाड़ा ना टकरा ना लै। ओए केड़े पहाड़, शिमला पहाड़ी दिया पुत्रा, तेरे वर्गे कई रेत दे पहाड़ हवावां ने उड़ाते वावां ने हैं। ओए मैं ते फिर मरदा मरदा देखो शिमला तेनी गल दस, जे तू जरा कुकज मोर ना हूं, जरा कुकज मोर ते मैं तेनू जरूर मारदा, जरूर मारदा हूं। तू नेक नीत ना चला जा, तू निकल जा, तू निकल जा। ओ मामा जे मैं तेरा पजामा ना बनाया तो याद रखी। मामा किथे चली है मामा, मैनू भी नाल लै चल, शायद किधरे मेरे बहू का पता लग जावे। केड़ा बहू, केड़ा बहू? ओही जी निकाह वेले मेरे को नखेड़ के लै गए सन। बहू असमन? आहो उते तू मैं पहले क्यों नहीं दसिया, उते थी इथे ही। सच मामा तन ओदे घर दा पता है? ओए आहो मैनू आप ओदी मां ने धक्के मार के घरों बाहर कढ़िया सी। करोबार है, चल फिर चलिए। चल कोड़ा खोल के ले। अच्छा नहीं बागड़ बिल्लीए, ऐ मेरी पई शक्ल बनानी है, मेरा एडा इंसल्ट, मैं तेनू हुणे ही तलाक दे देंगा। ते बारे बारा सिंगिया, अगे मैं तेरे नाल ब्याह करा के ते केड़ा सुख पा लिया, एदे नाल उते मेरा पिओ मैनू फीम दे दिंदा। कीम? अकीम दी की लोड़े, असी जे तेरे डॉक्टर बैठे हुए हैं, दसा तेनू की तलकीफ है पूरा करन वास्ते। सड़ गए मेरे भाग, दूजे घर वाले सुन लैंदे ने ते तू ओथे दा ओथे। खोते नहीं खोते की करने ने, कोई मलबा सुटाना है तेरे सिर विच मारने ने मेरे मगरू लथ। ओ नथ, नथ भी बनवा देंगे, पर ऐ पहला कड़ियां दी कढ़ाई ते मैनू तार लैन दे। ते ओ बंद, ओ गंदे तू पाया होया, तेरा मेरा कोई गुजारा नहीं हो सकदा। वे सुन, ते तेरा मेरा भी गुजारा नहीं हो सकदा, मैं चलियो पेके। ओ ठेके, ठेके ते मैं सारे लार दे, चरस फीम ते भंग दे ले लेने, पर तू दस तेनू की चाहिदा। मेरी बाह छड़ ते कान उरे कर, मेरे नाल हुणे बाजार चल, ते मैनू उथों सोहणे सोहणे कपड़े ते नाले लै दे खडौणे खडौणे। ओए हौली बोल, मैं कोई डोरा ते नहीं, ए कपड़े ते सोहणे सोहणे लै देंगा, ए पर खडौणे तेरे लई नहीं, तेरे काके लई लै देंगा। आ टुर। लाली ऐ तेरे असमल दी कोठी। इस कोठी अगों ते मैं कई बारी यका लै के लंघी आ, पर मैं की पता सी कि इत्थे मेरा असलम रहिंदा। चलदा क्यों नहीं? ओ नो नो नो, तौबा तौबा, मैं अगे एक बारी तबीयत खराब करा गया वा, बिना असलम दी मां दी तबीयत बड़ी कौड़ी है, बड़ी कौड़ी, ते नाले बाहर ही बन्नी हुंदी ने सुंदी तेरे पी किधरे, ते मेरी तबीयत भी तैनूं पता मामा जी दी तबीयत किन्नी गर्मी वाली है, ते नाले अजकल खुशकी भी मैनूं होई। तू नहीं जांदा ते ना जा, मैं ते अपने असलम नूं जरूर मिलांगी, तू मैनूं इत्थे ही उड़ीकी। हला 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 टांगा वाला जी मेम साहब, तुम किधर मर गया? मर नहीं गया मेम साहब, जूता है, जूता है। तुम चलेंगा? मैं नहीं चलेंगा, ए जका चलेंगा ते बस कोल तेज चलेंगा। तो जल्दी करो, टाइम नहीं वेस्ट करो। ए मैं क्या जाना कि थे प्रति दफ्तर, प्रति दफ्तर है ब
बाल अपना नहीं तो सारे महल के नाल गल है कि एक फेरे जाएंगे तेरे बाल दो फेरे जाएंगे तू तिना फेर के पैसे लेने पैणगे मैं तेन दस दें लड़नी क्यों मैं तेरी बोहनी भी नहीं की मैं काला आदमी से चल चूचे कट्ठे करते घोड़े की नजर बचा के बह जा पिछे आओ भाई अपने बाल गिन लो भी सारे ठहर जाओ कोई हमला बेबी निकल गया छूट गया शिल्प निशान ही छोकली शिशाल कशूली पप्पू छाप पप्पू जी उठो पप्पू जी कपड़े खिलाफ कर ले पप्पू छाप जी चलो चलो चल बी चल गाजी मरदा तेरे लिए किन्ने तके खादे ने मेरी डोली ने छड़ान वाले वेख वेख तेरी लाली आज आप ही अपने सहरे आ गई कौन है तू जी जी मैं चोर जी नहीं मैं चोर नहीं ते होर कौन है ओ बदनसीब जिदे निकाह दे कागज पत चढ़ दे पत्रा मंगू सड़ गए अच्छा ते तू लाली है जी ते इत्थे की लैण आई है मैं कहण आई हां कि अपने पुत्र दी इज्जत नूं बर्बादी तो बचा लो मां जी खबरदार जे मैनू मां जी की आई तेरे जिंगे मुंह पाड़ के वर मंगण वालियां भी कदी नेक चलन होईयां ने अज ते इत्थे आ गई है फिर इत्थे पैर तरिया ते मैं लत्तां झाड़ देंगी मेरे पुत्र लई तू ते इक रह गई है थां थां दी झूठ और किते जावा माँ जी मैं अपने पैरों च रहन दियो मैं ताडे जूठे टुकड़े खा के गुजारा कर लांगी माँ जी फिर माँ जी तू इस तरह नहीं गलो लखन लगी नीच कमी माँ जी मैं भावे जाना मार दियो पर इस मोबाइल ना कटो माँ जी मोबाइल ना कटो चल निकल बाहर माँ जी दूर हो तेरे टोटे तरह मेरे बच्चे नु खान वाली है उठ उठ माँ जी बाहर ना कटो तेरे दर्द से आज
तू उस कुड़ी नूं घरों कढ़ के अपने पुत्र ते बड़ा जुल्म कीता असलम दी मां तैनूं चंगी तरह पता है जदों दा मैं उन पिंडों लैके आया उहदी की हालत हो गई है की हालत हो गई है चंगा भला तू मां नहीं जल्लाद है जल्लाद जल्लाद ते जल्लाद ही सही मैं उस कमीनी दा परछावां अपने पुत्र ते पहन देनी असलम मेरा पुत्र ते मैं उहदी मां मावां दे अथरू बड़ा कुछ मनवा सकदे ने तुसीं उहनूं इह ना दसणा कि लाली इत्थे आई सी ते मैनूं मार के कढ़ दित्ता बेजी अज मैनूं पता लग्गा कि इस दुनिया च इक इहो जी भी मां है जिहदे पैरां च दोज़ख है जिहड़ी औलाद नूं हसदिआं वेख के रोंदी है ते रोंदिआं वेख के हसदी है तू बड़ा बदतमीज हो गया असलम इसे लिए मैं इस कार नूं छड्ड के जा रहा इत्थे हुण ताडे जिहे तमीज़दार रहणगे जिहड़े दौलत दे नशे च अन्ने होए ने अज तो मैं ताडे लई मर गया ते तुसीं मेरे लई मर गए वे मरन साडे दुश्मन जाएंगा किथे अखीर मूले ने हट्टी ते बहना हुण इह वापस नहीं आउंदा पता नहीं किथे चला गया खबरें वो बेचारी किथे चली गई है जे मेरा प्यार सच है तो मैं जरूर मिलेगी गुलो मैं उसके लिए शहर का चप्पा चप्पा छान मारांगा ये मेरी जिंदगी ते मौत का सवाल है भूचाल है वो भूचाल तो किधर भी नहीं जमीन मेरे पार नाल पई कमदी है ओ गुलो कनूरा कर ए असलम ने क्यों मुंह वटाया होया है लख दी लानती कनूरे कर वे इत्थे लाली आई सी ते बीबी होरां नूं मार मार के कट दिता ते बहु असलम ओनू लब्भन चलिया है केड़े बहु नूं लब्भन चलिया है वे लाली नूं असलम लाली नूं लब्भन चलिया है ते मैं इत्थे बह के करता 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 चरखा कटांगा मैं भी चलिया अपनी याद दे नाल बालगीर दी नौकरी मिल जाएगी जी इत्थे अड्डे ते किथे नौकरी काका तू एउं कर लंडे बाजार चला जा उत्थे लाल खान दा डेरा पूछ लेवी उत्थे तैनूं जरूर नौकरी लभ जाएगी लंडा बाजार किथे वे जी ਇੱਥੇ ਚਲਾ ਜਾ ਸੀਧਾ ਅੱਛਾ ਜੀ ਓ ਲੈ ਲਾਲਾ ਇਹ ਤੇਰੀ ਯਾਰੀ ਦਾ ਨਹੀਂ ਮੇਰੇ ਤਾਂ ਮੁੱਲ ਹੀ ਮਨੇ ਕਾ ਕੀ ਗਜ਼ਬ ਪਿਆ ਟਾਨਾ ਸ਼ਮਾ ਪਹਿਲਵਾਨ ਅਸੀਂ ਤੇ ਯਾਰਾਂ ਦੇ ਖਾਦਮ ਹੈ ਓ ਲਾਲਾ ਤੂੰ ਤੇ ਯਾਰਾਂ ਦਾ ਯਾਰ ਹੈਗਾ ਮਨੇ ਕਾ ਸ਼ਮਾ ਪਹਿਲਵਾਨ ਕਿਤੇ ਬੁਲਬੁਲ ਦਾ ਬੱਚਾ ਹੋਸ਼ ਨਾ ਆ ਜਾਵੇ ਅਸੀਂ ਹੁਣ ਚੱਲਨੇ ਹਾਂ ਤੇ ਤੂੰ ਵੱਤ ਆਪਣੇ ਮਾਂ ਨੂੰ ਸੰਭਾਲ ਤੇ ਪਿੰਡ ਵੱਲ ਧਿਆਨ ਕਰ ਓ ਚੰਗਾ ਲਾਲਾ ਅੱਜ ਬੜੀ ਮੁੱਦਤ ਦੇ ਬਾਅਦ ਮੇਰੇ ਦਿਲ ਦੀ ਆਸ ਪੂਰੀ ਹੋਈ ਹੁਣ ਤਾਂ ਮੇਰੇ ਕੋਲ ਕੋਈ ਨਹੀਂ ਬਚਾ ਸਕਦਾ ਤੇ ਤੂੰ ਵੀ ਮੇਰੇ ਤੋਂ ਬਚ ਕੇ ਨਹੀਂ ਜਾ ਸਕਦਾ
सारी उम्र पागल बन के झूठी दालत लाता रहा लाता रहा आज मैं सच्ची दालत सच्चा कानून सच्ची पुलिस लेके आया फड़ लो इन्हें गिरफ्तार कर लो जटी चली मुरब्बियां दी तेल नू ना पूर के अड़िया तकवे रेशम डाला चालकवे रेशम डाला चालकवे नाले बुला के सजरा सकवे